ਭਾਈ ਗੁਰਦਾਸ ਸਾਹਿਬ ਜੀ ਕਹਿਣ ਲੱਗੇ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇੱਕ ਨਵਾਂ ਪੰਥ, ਨਿਰਮਲ ਪੰਥ ਚਲਾਇਆ, ਆਰੰਭ ਕੀਤਾ। ਤੇ ਜਦੋਂ ਆਪਾਂ ਇਹ ਸ਼ਬਦ ਕਹਿੰਦੇ ਕਿ ਖਾਲਸਾ ਪੰਥ ਨੂੰ ਸਾਜਿਆ, ਖਿਆਲ ਕਰਨਾ ਉਸ ਨੂੰ ਚਲਾਉਣਾ ਗੱਲ ਵੱਖਰੀ ਹੈ ਤੇ ਉਸ ਨੂੰ ਸਾਜਣਾ ਉਹ ਗੱਲ ਵੱਖਰੀ ਹੈ। ਇੰਜ ਕਹਿ ਲਈਏ ਕਿ ਜਿਸ ਤਰ੍ਹਾਂ ਮੁਕੰਮਲ ਇੱਕ ਬਿਲਡਿੰਗ ਤਿਆਰ ਕਰਨੀ ਹੋਵੇ ਤੇ ਚਿਣਾਈ ਕਰਨ ਵਾਲਾ ਇੱਕ ਵੱਖਰਾ ਮਿਸਤਰੀ ਹੈ, ਉਸ ਤੋਂ ਬਾਅਦ ਉਸਨੂੰ ਉਪਯੋਗੀ ਕਰਨ ਵਾਲਾ ਵੱਖਰਾ ਹੈ, ਉਹਦੇ ਵਿੱਚ ਲਾਈਟ ਦਾ ਕੰਮ ਕਰਨ ਵਾਲਾ ਵੱਖਰਾ ਹੈ, ਪਲੰਬਰ ਦਾ ਕੰਮ ਕਰਨ ਵਾਲਾ ਵੱਖਰਾ, ਟਾਈਲਾਂ ਦਾ ਵੱਖਰਾ, ਰੰਗ ਰੋਗਨ ਦਾ, ਬਹੁਤ ਸਾਰੇ ਬਿਸਤਰੇ ਅਲੱਗ ਅਲੱਗ ਬੰਦਿਆਂ ਨੇ ਕੰਮ ਕੀਤਾ। ਹੁਣ ਇੱਕ ਆਖੇ ਕਿ ਮੈਂ ਇਸ ਬਿਲਡਿੰਗ ਨੂੰ ਤਿਆਰ ਕੀਤਾ ਹੈ, ਇਹ ਗੱਲ ਗਲਤ ਹੋਏਗੀ। ਹਾਂ, ਸਾਰਿਆਂ ਨੇ ਰਲ ਕੇ ਆਪਣਾ ਸਹਿਯੋਗ ਦਿੱਤਾ ਤੇ ਜਿਹੜੀ ਬਿਲਡਿੰਗ ਨੂੰ ਕਦੇ ਆਰੰਭ ਕੀਤਾ ਸੀ ਨੀਂਹ ਪੁੱਟ ਕੇ, ਅੱਜ ਉਹ ਬਿਲਡਿੰਗ ਮੁਕੰਮਲ ਹੋਈ, ਉਹਨੂੰ ਸਾਜ ਦਿੱਤਾ ਗਿਆ, ਸਵਾਦ ਦਿੱਤਾ ਗਿਆ। ਸਿੱਖੀ ਦਾ ਮਹਿਲ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਸ ਦੀ ਨੀਂਹ ਰੱਖੀ ਹੈ। ਉੱਥੇ ਵੀ ਇਹ ਸ਼ਬਦ ਆਖੇ, ਜਦੋਂ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਿਆ ਗਿਆ ਕਿ ਤੁਹਾਡਾ ਗੁਰੂ ਕੌਣ ਹੈ, ਆਖਿਆ ਸ਼ਬਦ ਗੁਰੂ ਸੁਰਤ ਧੁਨ ਚੇਲਾ, ਮੇਰਾ ਗੁਰੂ ਹੈ ਸ਼ਬਦ। ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਵੀ ਆਖਿਆ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਜਦੋਂ ਆਪਾਂ ਹੋਰ ਰਚਨਾ ਪੜ੍ਹਦੇ ਭਾਈ ਗੁਰਦਾਸ ਸਾਹਿਬ ਜੀ ਦੀ, ਉਹਨਾਂ ਦੇ ਫਿਰ ਬਚਨ ਆਖੇ, ਕਹਿਣ ਲੱਗੇ, ਵੇਖੋ ਭਾਈ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਸ ਪੰਥ ਦੀ ਆਰੰਭਤਾ ਕੀਤੀ ਹੈ, ਇਸ ਪੰਥ ਨੂੰ ਚਲਾਇਆ ਹੈ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜਦੋਂ ਆਪਾਂ ਰਚਨਾ ਪੜ੍ਹਦੇ, ਉਹ ਕਹਿੰਦੇ, ਪੰਥ ਪ੍ਰਚੁਰ ਕਰਦੇ ਕਉ ਸਾਜਾ, ਮੈਨੂੰ ਨਿਰੰਕਾਰ ਅਕਾਲ ਪੁਰਖ ਨੇ ਸੰਸਾਰ ਤੇ ਭੇਜਿਆ ਹੈ, ਕਾਹਦੇ ਲਈ, ਪੰਥ ਪ੍ਰਚੁਰ ਕਰਦੇ ਕਉ ਸਾਜਾ। ਵੇਖੋ, ਸਾਜਿਆ ਗੁਰੂ ਨਾਨਕ ਸਾਹਿਬ ਨੇ ਬਣਾਇਆ, ਇਸ ਦੀ ਆਰੰਭਤਾ ਕੀਤੀ, ਪੰਥ ਪ੍ਰਚੁਰ ਕਰਦੇ ਕੋ ਸਾਜਾ, ਪੰਥ ਨੂੰ ਹੋਰ ਨਿਖਾਰਨ ਦੇ ਲਈ, ਉਹਦਾ ਪ੍ਰਚਾਰ ਕਰਨ ਲਈ, ਉਹਦੇ ਉੱਤੇ ਸ਼ੁੱਧਤਾ ਦੀ ਮੋਹਰ ਲਾਉਣ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ 1699 ਦੀ ਵਿਸਾਖੀ ਨੂੰ ਅੰਮ੍ਰਿਤ ਦੀ ਦਾਤ ਝੋਲੀ ਵਿੱਚ ਪਾਉਂਦੇ ਤੇ, ਭਾਵ ਇਹ ਜਿਹੜਾ ਪੰਥ ਸੀ ਜਿਸ ਦੀ ਨੀਂਹ ਗੁਰੂ ਨਾਨਕ ਸਾਹਿਬ ਜੀ ਰੱਖਦੇ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸਨੂੰ ਮੁਕੰਮਲ ਰੂਪ ਬਖਸ਼ਿਆ ਹੈ। ਦੂਸਰੀ ਗੱਲ, ਆਪਾਂ ਸਾਰੇ ਇਹ ਗੱਲ ਕਹਿੰਦੇ ਕਿ ਆਪਾਂ ਗੁਰੂ ਕੇ ਸਿੱਖ ਹਾਂ, ਇਹ ਗੱਲ ਕੌਣ ਕਹਿੰਦਾ? ਆਪਾਂ ਆਪਣੇ ਮਨ ਨਾਲ ਕਹਿੰਦੇ ਵੀ ਅਸੀਂ ਗੁਰੂ ਦੇ ਸਿੱਖ ਹਾਂ, ਪਰ ਕਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪੁੱਛ ਕੇ ਵੇਖਿਓ ਵੀ ਸਤਿਗੁਰੂ, ਅਸੀਂ ਇਹ ਰੋਜ਼ ਕਹਿੰਦੇ ਵੀ ਅਸੀਂ ਤੇਰੇ ਸਿੱਖ ਹਾਂ, ਤੁਸੀਂ ਦੱਸੋ ਵੀ ਤੁਹਾਡੀ ਨਿਗਾਹ ਵਿੱਚ ਅਸੀਂ ਸਿੱਖ ਹਾਂ ਕਿ ਨਹੀਂ? ਅਸੀਂ ਤੇ ਕਹਿ ਹੀ ਰਹੇ ਹਾਂ ਕਿ ਅਸੀਂ ਸਿੱਖ ਹਾਂ, ਗੁਰੂ ਵੀ ਤੇ ਇਹ ਗੱਲ ਕਬੂਲ ਕਰੇ ਨਾ ਵੀ ਹਾਂ ਤੂੰ ਸੱਚੀ ਮੁੱਚੀ ਸਿੱਖ ਹੈ। ਹੁਣ ਪਤਾ ਕਿਵੇਂ ਚੱਲੇ, ਨਿਸ਼ਾਨੀ ਕੀ ਹੈ? ਗੁਰੂ ਗ੍ਰੰਥ ਸਾਹਿਬ ਮਹਾਰਾਜ ਤੈਨੂੰ ਸਮਝਾਉਣਗੇ, ਜਦੋਂ ਤੂੰ ਪੁੱਛੇਗਾ ਵੀ ਦੱਸੋ ਮੈਂ ਸਿੱਖ ਹਾਂ, ਤੇ ਪਾਤਸ਼ਾਹ ਕਹਿੰਦੇ ਸਿੱਖ ਦੀ ਇੱਕ ਨਿਸ਼ਾਨੀ ਹੁੰਦੀ ਹੈ, ਜੇ ਇਹ ਗੁਣ ਤੇਰੇ ਵਿੱਚ ਹੈ ਤੂੰ ਸਿੱਖ ਹਾਂ, ਜੇ ਇਹ ਗੁਣ ਤੇਰੇ ਵਿੱਚ ਨਹੀਂ ਤੂੰ ਕਹਿ ਜ਼ਰੂਰ ਰਿਹਾ ਪਰ ਸਿੱਖ ਹੈ ਕੋਈ ਨਹੀਂ। ਪਾਤਸ਼ਾਹ ਨਿਸ਼ਾਨੀ ਕਿਹੜੀ ਹੈ? ਕਹਿਣ ਲੱਗੇ, ਸੋ ਸਿੱਖ ਸਕਾ, ਪਹਿਲਾ ਸ਼ਬਦ ਵਰਤਿਆ ਸਿੱਖ, ਤੇ ਜਿਹੜਾ ਸਿੱਖ ਹੈ ਉਹੀ ਗੁਰੂ ਦਾ ਸਕਾ ਹੈ, ਉਹ ਗੁਰੂ ਦਾ ਆਪਣਾ ਹੈ। ਕਹਿਣ ਲੱਗੇ, ਸੋ ਸਿੱਖ ਸਕਾ ਬੰਧਪ ਹੈ ਭਾਈ, ਇਹ ਭਾਈ ਜੇ ਤੂੰ ਪੁੱਛਦਾ ਹੀ ਆ ਵੀ ਸਿੱਖ ਕੌਣ ਹੁੰਦਾ, ਕਹਿਣ ਲੱਗੇ ਉਹ ਸਿੱਖ ਆ, ਉਹ ਮੇਰਾ ਆਪਣਾ ਵਾ। ਕੌਣ? ਜੇ ਗੁਰ ਕੇ ਭਾਣੇ ਵਿੱਚ ਆਵੇ, ਜਿਹੜਾ ਗੁਰੂ ਦੇ ਹੁਕਮ ਅੰਦਰ ਜਾਂਦਾ ਹੈ, ਜਿਹੜਾ ਗੁਰੂ ਦੀ ਗੱਲ ਮੰਨਦਾ ਹੈ। ਪਾਤਸ਼ਾਹ ਸੀ ਸਿੱਖ ਤੇ ਹਾਂ ਹੀ, ਜੇ ਤੇਰੇ ਬਚਨ ਨਹੀਂ ਵੀ ਮੰਨਦੇ ਕੀ ਫਰਕ ਪੈਂਦਾ?
ਕਈ ਵਾਰ ਆਪਾਂ ਪਤਾ ਕੀ ਕਹਿੰਦੇ ਪਏ ਹਾਂ ਅਤੇ ਸਿੱਖੀਆਂ ਭਾਵੇਂ ਨਲਾਇਕੀਆਂ ਪਰ ਬੱਚੇ ਤੇ ਗੁਰੂ ਸਾਹਿਬ ਦੀਆਂ ਪਰ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸਪਸ਼ਟ ਕਰ ਰਹੇ ਨੇ ਕਹਿੰਦੇ ਬੇਸ਼ੱਕ ਤੂੰ ਮਜ਼ਾਕ ਵਿੱਚ ਇਹ ਗੱਲ ਕਹਿ ਵੀ ਦਿੰਦਾ ਵੀ ਕੋਈ ਗੱਲ ਨਹੀਂ ਜੇ ਨਹੀਂ ਬਾਣੀ ਪੜ੍ਹਦੇ ਨਹੀਂ ਅੰਮ੍ਰਿਤ ਛਕਿਆ ਸਿੱਖ ਤੇ ਗੁਰੂ ਦੇ ਹੀ ਆ ਨਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਆਪਣੇ ਭਾਣੇ ਜੋ ਚੱਲੇ ਭਾਈ ਕੀ ਉਹ ਸਿੱਖ ਆ ਜਿਹੜੀ ਆਪਣੀ ਮਰਜ਼ੀ ਕਰਦਾ ਕਹਿਣ ਲੱਗੇ ਨਹੀਂ ਵਿਛੜ ਚੋਟਾਂ ਖਾਵੇ ਉਹ ਗੁਰੂ ਤੋਂ ਵਿਛੜ ਕੇ ਖਵਾ ਦਿੰਦਾ ਹੈ ਚੋਟ ਖਾਣ ਦਾ ਭਾਵ ਹੈ ਦੁਖੀ ਹੋਣਾ ਜਿਹੜਾ ਗੁਰੂ ਦੇ ਕਹੇ ਅਨੁਸਾਰ ਤੁਰਦਾ ਉਹ ਸਿੱਖ ਆ ਜਿਹੜਾ ਗੁਰੂ ਦੇ ਹੁਕਮ ਨੂੰ ਮੰਨਦਾ ਉਹ ਸਿੱਖ ਆ ਜਿਹੜਾ ਹੁਕਮ ਨੂੰ ਨਾ ਮੰਨੇ ਉਹ ਗੁਰੂ ਦਾ ਸਿੱਖ ਨਹੀਂ ਇਸ ਲਈ ਆਪਾਂ ਜਲਦੀ ਕਰਨਾ ਵੀ ਕਿਤੇ ਗੁਰੂ ਦਾ ਹੁਕਮ ਮੰਨਣ ਦੀ ਸਾਨੂੰ ਜਾਚ ਆ ਜਾਏ ਜਦੋਂ ਇਸ ਗੱਲ ਨੂੰ ਆਪਾਂ ਇਤਿਹਾਸ ਵਿੱਚੋਂ ਵੇਖਾਂਗੇ ਨਾ ਇਹ ਨਹੀਂ ਵੀ ਇਕੱਲਾ ਗੁਰੂ ਸਾਹਿਬ ਨੇ ਬਾਣੀ ਵਿੱਚ ਕਹਿ ਦਿੱਤਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੋਂ ਗੱਲ ਆਰੰਭ ਹੁੰਦੀ ਹੈ ਆਪਣੇ ਸਰਬੋਤਰ ਨੇ ਲਖਮੀ ਦਾਸ ਤੇ ਸ਼੍ਰੀ ਚੰਦ ਪਰ ਬਖਸ਼ਿਸ਼ ਨਹੀਂ ਪ੍ਰਾਪਤ ਕਰ ਸਕੇ ਵਿਛੜ ਗਏ ਗੁਰੂ ਇੱਕ ਸਿੱਖ ਹੈ ਭਾਈ ਲਹਿਣਾ ਜਿਹੜਾ ਗੁਰੂ ਦੇ ਹਰ ਬਚਨ ਨੂੰ ਸਤ ਕਰਕੇ ਮੰਨਦਾ ਜੋ ਗੁਰੂ ਨੇ ਆਖਿਆ ਸਤਿਗੁਰੂ ਸਤ ਬਚਨ ਇਹ ਵੀ ਸਵਾਲ ਨਹੀਂ ਵੀ ਇੰਜ ਕਿਉਂ ਤੇ ਇੰਜ ਕਿਉਂ ਨਹੀਂ ਇਸ ਨੂੰ ਸਾਹਿਬ ਜੀ ਨੇ ਆਖਿਆ ਜੋ ਗੁਰ ਕਹੇ ਸੋਈ ਭਲ ਮਨ ਹੋ ਜੋ ਗੁਰੂ ਕਹਿੰਦਾ ਨੂੰ ਸਤ ਕਰਕੇ ਮੰਨ ਲਾ ਸਵਾਲ ਨਹੀਂ ਅੱਜ ਜਿਹੜਾ ਦਿਹਾੜਾ ਮਨਾਉਣ ਦੇ ਇਕੱਤਰ ਹੋਏ ਜੇ ਉੱਤੇ ਸੁਭਾਅ ਦੀ ਗੱਲ ਹੁੰਦੀ ਤੇ ਸਿੱਖਾਂ ਨੇ ਕਹਿਣਾ ਸੀ ਪਾਤਸ਼ਾਹ ਸੀ ਤੇ ਤੁਹਾਡੇ ਕੋਲੋਂ ਖੁਸ਼ੀਆਂ ਲੈਣ ਆਏ ਤੇ ਤੁਸੀਂ ਸਾਡਾ ਸਿਰ ਕਲਮ ਕਰਨ ਲੱਗੇ ਸਵਾਲ ਖੜਾ ਹੋ ਗਿਆ ਪਰ ਉੱਥੇ ਆਖਿਆ ਨਹੀਂ ਪਾਤਸ਼ਾਹ ਸੀ ਤੁਹਾਡਾ ਹੀ ਹੈ ਇਹ ਸਾਡਾ ਨਹੀਂ ਤੇਰੀ ਮਰਜ਼ੀ ਹੈ ਮਾਲਕਾ ਪਹਿਲੇ ਦਿਨ ਤੋਂ ਹੀ ਸੀਸ ਤੇਰੇ ਚਰਨਾਂ 'ਚ ਰੱਖ ਦਿੱਤਾ ਸੀ ਪ੍ਰਵਾਨੀ ਨੂੰ ਅੱਜ ਕੀਤਾ ਉੱਥੇ ਸਵਾਲ ਨਹੀਂ ਭਾਈ ਲਹਿਣਾ ਜੀ ਹਰ ਬਚਨ ਨੂੰ ਸਤ ਕਰਕੇ ਮੰਨਦੇ ਨੇ ਤੇ ਗੁਰੂ ਦੇ ਪਦਵੀ ਤੱਕ ਪਹੁੰਚ ਜਾਂਦੇ ਨੇ ਗੁਰੂ ਦਾ ਆਪਣਾ ਖੂਨ ਆਪਣੇ ਸਪੁੱਤਰ ਨੇ ਭਾਵੇਂ ਪਰ ਗੁਰੂ ਤੋਂ ਵਿਛੜ ਕੇ ਖਵਾ ਲਏ ਇਸੇ ਤਰ੍ਹਾਂ ਕਿਸੇ ਵੀ ਗੁਰੂ ਸਾਹਿਬਾਨ ਦੀ ਗੱਲ ਲੈ ਲਓ ਭਾਵੇਂ ਗੁਰੂ ਦੀ ਆਪਣੀ ਸੰਤਾਨ ਹੈ ਪਰ ਜਦੋਂ ਗੁਰੂ ਦੇ ਹੁਕਮ ਦੀ ਅਦੋਲੀ ਕੀਤੀ ਗੁਰੂ ਦੇ ਹੁਕਮ ਤੋਂ ਬਾਹਰ ਗਏ ਬਾਬੇ ਰਾਮ ਰਾਏ ਵਰਗਿਆਂ ਨੂੰ ਕਹਿ ਦਿੱਤਾ ਸੀ ਸਤਿਗੁਰੂ ਨੇ ਕਿ ਸਾਡੇ ਮੱਥੇ ਨਹੀਂ ਲੱਗਣਾ ਗੁਰੂ ਘਰ ਨਾਲ ਤੁਹਾਡਾ ਕੋਈ ਸੰਬੰਧ ਨਹੀਂ ਕਿਉਂਕਿ ਤੁਸੀਂ ਗੁਰਮਤ ਤੋਂ ਉਲਟ ਚੱਲੇ ਹੋ ਪਰ ਜਦੋਂ ਕੋਈ ਗੁਰੂ ਦੇ ਬਚਨਾਂ ਨੂੰ ਸਤ ਕਰਕੇ ਮੰਨਦਾ ਉਹ ਗੁਰੂ ਦਾ ਪਿਆਰਾ ਬਣ ਜਾਂਦਾ ਗੁਰੂ ਦੇ ਮਨ ਨੂੰ ਕੌਣ ਚੰਗਾ ਲੱਗਦਾ ਹੈ ਸਾਹਿਬ ਜੀ ਕਹਿਣ ਲੱਗੇ ਭਗਤ ਤੇਰੇ ਮਨ ਭਾਉਂਦੇ ਦਰ ਸੋਹਨ ਕੀਰਤ ਗਾਉਂਦੇ ਮਾਲਕ ਜੀ ਜਿਹੜੇ ਤੇਰੇ ਦਰ ਤੇ ਜੁੜ ਕੇ ਤੈਨੂੰ ਗਾਉਂਦੇ ਨੇ ਨਾਮ ਜਪਦੇ ਬੰਦਗੀ ਕਰਦੇ ਬਾਣੀ ਪੜ੍ਹਦੇ ਉਹ ਮਾਲਕ ਦੇ ਮਨ ਨੂੰ ਭਾ ਜਾਂਦੇ ਨੇ ਗੁਰੂ ਕੀ ਸਿੱਖੀ ਨੂੰ ਪ੍ਰਾਪਤ ਕਰਨਾ ਸਿੱਖ ਬਣ ਜਾਣਾ ਐਸਾ ਨਹੀਂ ਕਿ ਇਕੱਲੇ ਕੇਸ ਰੱਖ ਲਏ ਸਿਰ ਤੇ ਦਸਤਾਰ ਸਜਾ ਲਈ ਤੇ ਮੈਂ ਕਹਾਂ ਮੈਂ ਸਿੱਖ ਹਾਂ ਨਹੀਂ ਇਹ ਬੜੀ ਵੱਡੀ ਗਲਤੀ ਹੈ ਮਨੁੱਖ ਇਸੇ ਭਰਮ ਦੇ ਵਿੱਚ ਬੜਾ ਵੱਡਾ ਆਪਣਾ ਨੁਕਸਾਨ ਕਰ ਰਿਹਾ ਉਹ ਸਮਝਦਾ ਮੈਂ ਸਿੱਖ ਹਾਂ ਪਰ ਸਿੱਖ ਹੈ ਕੋਈ ਨਹੀਂ ਸਿੱਖੀ ਨੂੰ ਕਮਾਉਣਾ ਪੈਂਦਾ ਹੈ ਕਮਾਉਣਾ ਕਿਸ ਤਰ੍ਹਾਂ ਪੈਂਦਾ ਆਪ ਜੀ ਨੇ ਧਿਆਨ ਜ਼ਰੂਰ ਸੁਣਿਆ ਹੋਏਗਾ ਇੱਕ ਹੋਇਆ ਹੈ ਭਾਈ ਮਾਂਝ ਪਿੰਡ ਦਾ ਚੌਧਰੀ ਹੈ ਸਰਪੰਚੀ ਹੈ ਦੇ ਕੋਲ ਬੜਾ ਇਲਾਕੇ ਵਿੱਚ ਨਾਮ ਚੱਲਦਾ ਹੈ ਬਹੁਤ ਧਨ ਪਦਾਰਥ ਨੇ ਅਮੀਰ ਹੈ ਪਰ ਘਰ ਦੇ ਵਿੱਚ ਸਖੀ ਸਰਬਤ ਦੀ ਜਗ੍ਹਾ ਬਣੀ ਹੈ ਪੀਰਾਂ ਦੀ ਜਗ੍ਹਾ ਵੀ ਬਣੀ ਹੈ ਜਿੱਥੇ ਦੀਵਾ ਆਦਿ ਜਗਾਉਂਦੇ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਵਡਿਆਈ ਸੁਣ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਰ ਤੇ ਆਇਆ ਹੈ ਭਾਈ ਮੰਝ ਆ ਕੇ ਅਰਦਾਸ ਕੀਤੀ ਪਾਤਸ਼ਾਹ ਕਿਰਪਾ ਕਰੋ ਮੈਨੂੰ ਸਿੱਖੀ ਦੀ ਦਾਤ ਦੇ ਦਿਓ
ਦੇਖੋ ਸਿੱਖੀ ਮੰਗਣੀ ਪੈਂਦੀ ਹੈ, ਇਹ ਨਹੀਂ ਵੀ ਕੇਸ ਰੱਖੇ ਤੇ ਮੈਂ ਸਿੱਖ ਬਣ ਗਿਆ। ਉਹਨੇ ਆਖਿਆ ਮੁੱਖ ਤੇ ਦਾੜਾ ਹੈ ਭਾਈ ਮੰਝ ਦੇ, ਸਿਰ ਤੇ ਦਸਤਾਰ ਵੀ ਬੰਨੀ ਹੈ। ਆਪਾਂ ਕਹਾਂਗੇ ਸਿੱਖਿਆ ਪਰ ਨਹੀਂ। ਉਹਨੇ ਆਣ ਕੇ ਆਖਿਆ ਦਾਤਾ ਜੀ ਮੇਰੇ ਤੇ ਕਿਰਪਾ ਕਰੋ, ਮੇਰੀ ਝੋਲੀ ਵਿੱਚ ਸਿੱਖੀ ਪਾ ਦਿਓ, ਮੈਨੂੰ ਆਪਣਾ ਸੇਵਕ ਬਣਾ ਦਿਓ, ਸਿੱਖ ਬਣਾ ਦਿਓ। ਸਾਡੇ ਵਰਗਾ ਹੁੰਦਾ ਕਹਿੰਦਾ ਵੀ ਦਾੜਾ ਵੀ ਹੈ, ਸਿਰ ਤੇ ਪੱਗ ਵੀ ਬੰਨੀ ਹੈ, ਚੰਗਾ ਭਲਾ ਸਿੱਖੀ ਤੇ ਹੈ। ਪਰ ਨਹੀਂ, ਉਹਨੂੰ ਪਤਾ ਹੈ ਭਾਈ ਮੰਝ ਨੂੰ ਵੀ ਸਿੱਖੀ ਕਮਾਉਣੀ ਪੈਂਦੀ ਹੈ, ਸਿੱਖੀ ਮੰਗਣੀ ਪੈਂਦੀ, ਐਵੇਂ ਨਹੀਂ ਮਿਲਦੀ। ਪਾਤਸ਼ਾਹ ਕਹਿਣ ਲੱਗੇ ਸਿੱਖੀ ਦੇ ਉੱਤੇ ਸਿੱਖੀ ਨਹੀਂ ਡਿੱਗਦੀ। ਪਾਤਸ਼ਾਹ ਮਤਲਬ ਕੀ ਹੈ? ਕਹਿਣ ਲੱਗੇ ਇੱਕ ਤੇ ਘਰ ਵਿੱਚ ਤੁਹਾਡੇ ਕਬਰ ਬਣੀ ਹੈ, ਸਖੀ ਸਰਵਰ ਦੀ ਜਗ੍ਹਾ ਬਣੀ ਹੈ, ਦੂਸਰੇ ਪਾਸੇ ਗੁਰੂ ਕੀ ਸਿੱਖੀ। ਇਹ ਦੋ ਚੀਜ਼ਾਂ ਨਹੀਂ ਚੱਲਣੀਆਂ, ਇੱਕ ਪਾਸੇ ਜਾਂ ਤੇ ਜਿਹੜਾ ਸਖੀ ਸਰਵਰਾਂ ਦੀ ਸੇਵਾ ਕਰ, ਉਹਨਾਂ ਦੀ ਜੋਤ ਵੱਡੀ ਕਰ ਲਿਆ ਕਰ, ਜਾਂ ਇਕੱਲਾ ਸਿੱਖ ਬਣ। ਦੋਨਾਂ ਬੇੜੀਆਂ ਵਿੱਚ ਸਵਾਰ ਹੋਣ ਵਾਲਾ ਕਦੇ ਪਾਰ ਨਹੀਂ ਹੋਇਆ। ਜੇ ਸਿੱਖ ਬਣਨਾ ਹੀ ਪਹਿਲਾਂ ਉਹਨੂੰ ਛੱਡਣਾ ਪਵੇਗਾ। ਹੁਣ ਵੇਖੋ ਜਿਹਦੇ ਅੰਦਰ ਸਿੱਖੀ ਪ੍ਰਤੀ ਪਿਆਰ ਹੈ, ਉਹਨੇ ਆਖਿਆ ਪਾਤਸ਼ਾਹ ਸੱਤ ਵਚਨ। ਇਹ ਨਹੀਂ ਆਖਿਆ ਵੀ ਨਹੀਂ ਨਹੀਂ ਕੋਈ ਗੱਲ ਨਹੀਂ ਸਾਡੇ ਵਾਸਤੇ, ਵੀ ਕੋਈ ਨਹੀਂ ਕਬਰ ਤੇ ਵੀ ਮੱਥਾ ਟੇਕ ਲਾਂਗੇ, ਗੁਰਦੁਆਰੇ ਮੱਥਾ ਟੇਕ ਲਿਆ ਕੋਈ ਗੱਲ ਨਹੀਂ। ਨਹੀਂ, ਗੁਰੂ ਨੇ ਆਖਿਆ ਵੀ ਜੇ ਤੂੰ ਸਿੱਖੀ ਕਮਾਉਣੀ ਹੈ, ਪਹਿਲੀ ਗੱਲ ਤੇ ਤੇਰੇ ਵੱਸ ਦੀ ਗੱਲ ਨਹੀਂ, ਕਿਉਂਕਿ ਤੂੰ ਸਖੀ ਸਰਵਰਾਂ ਨੂੰ ਮੰਨਦਾ ਹੈ। ਜੇ ਸਿੱਖੀ ਕਮਾਉਣੀ ਹੈ ਤੇ ਸਖੀ ਸਰਵਰਾਂ ਨੂੰ ਕਮਾਉਣਾ ਪਏਗਾ। ਕਹਿਣ ਲੱਗਾ ਪਾਤਸ਼ਾਹ ਸੱਤ ਵਚਨ। ਘਰ ਵਿੱਚ ਗਿਆ, ਜਾ ਕੇ ਜਗ੍ਹਾ ਢਾਉਣ ਲੱਗਾ ਤੇ ਘਰ ਦੇ ਸਾਰੇ ਸਿਆਣੇ ਪਿੰਡ ਦੇ ਲੋਕ ਇਕੱਠੇ ਹੋ ਗਏ। ਕਹਿਣ ਲੱਗੇ ਮੰਝ ਬੜਾ ਮਾੜਾ ਕਰਨ ਲੱਗਾ, ਇਹ ਤੇ ਬੜਾ ਕਹਿਰ ਹੋ ਜਾਏਗਾ। ਉਹ ਇੱਕ ਸਖੀ ਸਰਵਰ ਦੀ ਜਗ੍ਹਾ ਨੂੰ ਢਾਉਣ ਲੱਗਾ। ਸਾਡੇ ਵੱਡ ਵਡੇਰੇ ਇਹਦੀ ਪੂਜਾ ਕਰਦੇ ਆਏ ਨੇ, ਇੱਥੇ ਜੋਤ ਜਗਾਉਂਦੇ ਆਏ ਨੇ, ਇਸ ਜਗ੍ਹਾ ਨੂੰ ਪੂਜਦੇ ਆਏ ਨੇ, ਅੱਜ ਤੋਂ ਜਗ੍ਹਾ ਨੂੰ ਢਾਉਣ ਲੱਗਾ, ਇਹ ਬੜੀ ਮਾੜੀ ਕੰਮ ਲੱਗਾ। ਉਹ ਕਹਿਣ ਲੱਗਾ ਨਹੀਂ, ਮੈਂ ਗੁਰੂ ਕੀ ਸਿੱਖੀ ਧਾਰਨ ਕਰਨੀ, ਮੈਂ ਗੁਰੂ ਦਾ ਸਿੱਖ ਬਣਨਾ ਹੈ ਤੇ ਗੁਰੂ ਦਾ ਹੁਕਮ ਆ ਵੀ ਤੂੰ ਆਪਣੇ ਘਰ ਵਿੱਚੋਂ ਪਹਿਲਾਂ ਜਗ੍ਹਾ ਕਰ, ਤਾਂ ਸਿੱਖੀ ਦੇਵਾਂਗੇ, ਤਾਂ ਸਿੱਖੀ ਵਿੱਚ ਪ੍ਰਵਾਨ ਹੋਏਗਾ। ਤੇ ਜੋ ਗੁਰੂ ਕਹਿੰਦਾ ਹੈ ਮੈਂ ਗੁਰੂ ਦੇ ਵਚਨ ਮੰਨਣੇ ਨੇ, ਮੈਨੂੰ ਆਪਣੇ ਗੁਰੂ ਤੇ ਭਰੋਸਾ ਹੈ, ਇਤਬਾਰ ਇਹ ਸਿੱਖੀ ਹੈ, ਸਿੱਖੀ ਦਿੱਤੀ ਨਹੀਂ ਹੁੰਦੀ। ਪਰ ਕਹਿ ਦਿੱਤਾ ਵੀ ਜੇ ਤੂੰ ਬਚਨਾਂ ਨੂੰ ਮੰਨੇਗਾ ਤੇ ਤਾਂ ਹੀ ਸਿੱਖ ਬਣੇਗਾ। ਨਾ ਘਾ ਦਿੱਤੀ, ਬੜਾ ਕੁਝ ਹੋਇਆ ਜ਼ਿੰਦਗੀ ਵਿੱਚ, ਲੋਕਾਂ ਨੇ ਸਰਪੰਚੀ ਤੋਂ ਲਾਹ ਦਿੱਤਾ, ਬਾਲ ਡੰਗਰ ਮਰ ਗਿਆ, ਲੋਕਾਂ ਨੇ ਮਿਲਣ ਵਰਤਣ ਬੰਦ ਕਰ ਦਿੱਤਾ ਉਹਦੇ ਨਾਲ। ਇੱਥੋਂ ਤੱਕ ਇਤਿਹਾਸ ਕਹਿੰਦਾ ਹੈ ਘਾ ਖੋਦ ਕੇ ਉਹਨੂੰ ਵੇਚ ਕੇ ਦਿਹਾੜੀ ਕਰਕੇ ਫਿਰ ਘਰ ਦੀ ਪਰਵਰਿਸ਼ ਕਰਦਾ, ਫਿਰ ਖਰਚਾ ਚੱਲਦਾ ਹੈ। ਪਰ ਉਹ ਗੁਰੂ ਕੇ ਸਿੱਖੀ ਨੂੰ ਧਾਰਨ ਕਰਨ ਵਾਲਾ ਭਾਈ ਮੰਝ ਬੋਲਿਆ ਨਹੀਂ। ਉਹ ਕਹਿੰਦਾ ਵੀ ਨਹੀਂ, ਮੈਨੂੰ ਸਿੱਖੀ ਪਿਆਰੀ ਹੈ, ਮੈਨੂੰ ਗੁਰੂ ਦਾ ਵਚਨ ਪਿਆਰਾ ਹੈ। ਇਹਦੇ ਵਿੱਚ ਵੀ ਕੋਈ ਰਜਾ ਹੋਏਗੀ? ਸਭ ਕੁਝ ਖਤਮ ਹੋਣ ਤੋਂ ਬਾਅਦ ਆਖਿਰਕਾਰ 12 ਸਾਲ ਸਿੱਖੀ ਨੂੰ ਪ੍ਰਾਪਤ ਕਰਨ ਲਈ ਉਹਨੇ ਘਾਲਣਾ ਘਾਲੀ। ਤੇ ਜਦੋਂ ਗੁਰੂ ਸਾਹਿਬ ਪ੍ਰਸੰਨ ਹੋਏ ਤੇ ਆਖਿਆ ਜਾ ਭਾਈ ਮੰਝ, ਤੈਨੂੰ ਸਿੱਖੀ ਬਖਸ਼ੀ ਹੈ, ਤੈਨੂੰ ਸਿੱਖੀ ਸਰੂਪ ਬਖਸ਼ਿਆ। ਫਿਰ ਉਹ ਜਾ ਕੇ ਪ੍ਰਵਾਨ ਹੋਇਆ, ਤਾਂ ਉਹ ਸਿੱਖ ਬਣਿਆ। ਜਦੋਂ ਗੁਰੂ ਅੱਗੋਂ ਇਜਾਜ਼ਤ ਦੇ ਦੇਵੇ, ਜਦੋਂ ਗੁਰੂ ਕਬੂਲ ਕਰ ਲਵੇ, ਤਾਂ ਸਿੱਖ ਬਣਦਾ ਹੈ। ਤੇ ਇਕੱਲਾ ਪ੍ਰਵਾਨ ਹੀ ਨਹੀਂ ਕੀਤਾ, ਨਾਲ ਬਚਨ ਕਹਿ ਦਿੱਤੇ, ਮੰਝ ਪਿਆਰਾ ਗੁਰੂ ਕੋ ਗੁਰ ਮੰਝ ਪਿਆਰਾ। ਕਹਿਣ ਲੱਗੇ ਮੰਝ ਗੁਰੂ ਨੂੰ ਪਿਆਰ ਕਰਦਾ ਹੈ, ਇਸ ਲਈ ਗੁਰੂ ਦੇ ਬਚਨਾਂ ਨੂੰ ਮੰਨਦਾ ਹੈ, ਤੇ ਗੁਰੂ ਨੂੰ ਮੰਝ ਵੀ ਹੁਣ ਪਿਆਰਾ ਲੱਗਣ ਲੱਗ ਪਿਆ। ਮੰਝ ਗੁਰੂ ਕਾ ਬੋਹੇ ਖਾ ਜਗ ਲੰਘਣ ਹਾਰਾ। ਕਹਿ ਦਿੱਤਾ, ਕਹਿਣ ਲੱਗੇ ਭਾਈ ਮੰਝ ਦਾ ਐਸਾ ਜੀਵਨ ਹੈ, ਜਿਹੜਾ ਕੋਈ ਇਸ ਜੀਵਨ ਨੂੰ ਪੜ੍ਹੇਗਾ ਸੁਣੇਗਾ ਉਹਦਾ ਵੀ ਭਲਾ ਹੋ ਜਾਏਗਾ। ਇੱਕ ਬੜੀ ਵੱਡੀ ਮਿਸਾਲ ਕਾਇਮ ਕੀਤੀ ਹੈ ਭਾਈ ਮੰਝ ਨੇ। ਇਹਦੇ ਜੀਵਨ ਵੱਲ ਵੇਖ ਕੇ ਗੁਰੂ ਕੇ ਸਿੱਖਾ ਤੇਰੇ ਅੰਦਰ ਵਿਸ਼ਵਾਸ ਪੈਦਾ ਹੋਏਗਾ ਵੀ ਭਾਈ ਮੰਝ
ਜਿਸ ਦੇ ਉੱਪਰ ਐਨੇ ਮੁਸੀਬਤਾਂ ਦੇ ਝੱਕੜ ਝੋਲੇ, ਪਰ ਉਹ ਡੋਲਿਆ ਨਹੀਂ ਤੇ ਮੈਂ ਕਿਉਂ ਡੋਲ ਰਿਹਾ? ਤੈਨੂੰ ਅੰਦਰ ਦ੍ਰਿੜਤਾ ਆਏਗੀ ਅਤੇ ਆਸ ਬਣੇਗੀ। ਤੋ ਸਿੱਖੀ ਨੂੰ ਕਮਾਉਣਾ ਪੈਂਦਾ ਹੈ ਇਕੱਲੇ ਕੇਸ ਰੱਖ ਕੇ ਜਾਂ ਇਕੱਲਾ ਮੱਥਾ ਟੇਕਣ ਦੇ ਨਾਲ। ਸਿੱਖ ਨਹੀਂ ਤੇ ਬਚਨ ਆਪਾਂ ਪੜ੍ਹੇ ਸੀ, ਸੋ ਸਿੱਖ ਸਖਾ ਬੁੱਧ ਪਹਿ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਪੰਥ ਪ੍ਰਚਰ ਕਰਦੇ ਕੋ ਸਾਜਾ, ਮੈਂ ਸੰਸਾਰ ਤੇ ਆਇਆ ਹਾਂ ਪੰਥ ਨੂੰ ਪ੍ਰਚਾਰਨ ਦੇ ਲਈ। ਇਹਦੀ ਨੇਮ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਰੱਖੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ 1699 ਵਿਸਾਖੀ ਵਾਲੇ ਦਿਨ ਸਟੇਜ ਤੇ ਖੜੇ ਹੋ ਕੇ ਇਤਿਹਾਸ ਤੇ ਆਪਾਂ ਨੂੰ ਪਤਾ, ਆਪਾਂ ਕੇਵਲ ਕੁਝ ਸਿੱਖਿਆ ਲੈਣ ਦਾ ਯਤਨ ਕਰਨਾ ਤੇ ਕੁਝ ਨਾ ਕੁਝ ਸਾਡੇ ਪੱਲੇ ਆ ਜਾਵੇ। ਜੇ ਤੇ ਅਸੀਂ ਆਪਣੇ ਪੱਲੇ ਕੁਝ ਨਾ ਕੁਝ ਬੰਨ ਲਿਆ ਤੇ ਸਾਡੇ ਦਿਹਾੜੇ ਬਣਾਏ ਸਫਲ ਨੇ। ਜੇ ਪੱਲੇ ਨਹੀਂ ਬੰਨਿਆ ਫਿਰ ਤੇ ਐਵੇਂ ਰੌਣਕ ਮੇਲਾ ਹੀ ਆ, ਹੋਰ ਕੁਝ ਨਹੀਂ। ਪਾਤਸ਼ਾਹ ਸਟੇਜ ਤੇ ਆਣ ਕੇ ਇੱਕ ਸੀਸ ਦੀ ਮੰਗ ਕਰਦੇ ਨੇ ਤੇ ਮੈਂ ਜੇ ਇਸ ਗੱਲ ਨੂੰ ਸੋਚ ਕੇ ਵੇਖਾਂ, ਆਪਾਂ ਸਾਰੇ ਸੋਚ ਕੇ ਵੇਖੀਏ ਕਿ ਗੁਰੂ ਸਾਹਮਣੇ ਖੜਾ ਹੋਵੇ ਤੇ ਕਹਿ ਦੇਵੇ ਮੈਨੂੰ ਸਿਰ ਦੀ ਲੋੜ ਆ ਤੇ ਕੀ ਮੇਰੇ ਵਿੱਚ ਹਿੰਮਤ ਹੋਏਗੀ ਇੰਨੀ ਗੱਲ ਸੁਣਨ ਦੀ? ਸਿਰ ਦੇਣਾ ਬੜੀ ਵੱਡੀ ਗੱਲ ਹੈ, ਇੰਨੀ ਗੱਲ ਕਰਨਾ ਵਿੱਚ ਵੀ ਪੈ ਜੇ ਬੰਦੇ ਨੂੰ ਹਾਰਟ ਅਟੈਕ ਹੋ ਜਾਏਗਾ ਵੀ ਗੁਰੂ ਨੇ ਸਿਰ ਮੰਗ ਲਿਆ। ਮੈਂ ਤੇ ਆਇਆ ਸੀ ਤੋਂ ਸੁੱਖ ਲੈਣ, ਮੈਂ ਤੇ ਆਇਆ ਸੀ ਪਦਾਰਥ ਮੰਗਣ, ਮੈਂ ਤੇ ਆਇਆ ਸੀ ਕਾਰੋਬਾਰ ਮੰਗਣ, ਮੈਂ ਤੇ ਆਇਆ ਸੀ ਸੁੱਖ ਸ਼ਾਂਤੀ ਮੰਗਣ, ਗੁਰੂ ਮੇਰਾ ਸਿਰ ਲਾਉਣ ਨੂੰ ਤਿਆਰ ਹੋ ਗਿਆ। ਪਰ ਕੈਸਾ ਪਿਆਰ ਹੋਏਗਾ ਗੁਰੂ ਦੇ ਨਾਲ, ਕਿਉਂਕਿ ਪੰਥ ਪ੍ਰਚੁਰ ਕਰਵੇ ਕੋ ਸਾਜਾ, ਪੰਥ ਨੂੰ ਮੁਕੰਮਲ ਕਰਨਾ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੋਂ ਸਿੱਖੀ ਦੀ ਨੀਂਵ ਰੱਖੀ, ਉਸਨੂੰ ਪੱਕਿਆ ਕੀਤਾ ਗਿਆ, ਪੱਕਾ ਹੋਰ ਮਜ਼ਬੂਤ। ਸਿੱਖ ਨੂੰ ਪਹਿਲਾਂ ਬਾਣੀ ਦੇ ਨਾਲ ਜੋੜਿਆ ਗਿਆ, ਸੇਵਾ ਦੇ ਨਾਲ ਜੋੜਿਆ ਗਿਆ, ਉਹਦੇ ਅੰਦਰ ਸ਼ੁਭ ਗੁਣਾਂ ਨੂੰ ਭਰਿਆ ਗਿਆ। ਫਿਰ ਕੀ ਕੀਤਾ, ਜਦੋਂ ਪਤਾ ਵੀ ਹੁਣ ਸਿੱਖ ਮੁਕੰਮਲ ਹੋ ਗਿਆ ਹੈ, ਹੁਣ ਉਹਦੇ ਉੱਤੇ ਮੋਹਰ ਲਾ ਦੇਣੀ ਹੈ। ਅੱਜ ਇਹਨੂੰ ਪੰਜ ਕਕਾਰ ਧਾਰਨ ਕਰਵਾ ਕੇ, ਕਿਉਂਕਿ ਪੰਜ ਕਕਾਰ ਜਿਹੜੇ ਨੇ ਇਹਦੇ ਵਿੱਚੋਂ ਚਾਰ ਕਕਾਰ ਪਹਿਲਾਂ ਹੀ ਸਿੱਖ ਨੂੰ ਗੁਰੂ ਨੇ ਬਖਸ਼ ਦਿੱਤੇ ਸੀ। ਕੇਸ ਪਹਿਲਾਂ ਨੂੰ ਸਿੱਖ ਰੱਖਦੇ ਸੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਵੇਲੇ ਤੋਂ। ਭਾਈ ਮਰਦਾਨਾ ਜੀ ਦੇ ਕੇਸ ਨੇ, ਦਾੜਾ ਵੀ ਸਾਬਤ ਹੈ, ਜਿੰਨੇ ਸਿੱਖ ਨੇ ਸਾਰਿਆਂ ਦੇ ਕੇਸ ਕੇਸਾਧਾਰੀ ਸਿੱਖ ਨੇ। ਉਸ ਤੋਂ ਬਾਅਦ ਕਛਹਿਰਾ ਵੀ ਸਿੱਖ ਨੂੰ ਜੱਤ ਸਭ ਦਾ ਧਾਰਨੀ ਬਣਾਇਆ, ਜੱਤ ਪਹਾਰਾ ਧੀਰਜ ਸੁਨਿਆਰ ਕਛਹਿਰਾ ਵੀ ਸਿੱਖ ਨੂੰ ਬਖਸ਼ਿਆ, ਸਿੱਖ ਕਛਹਿਰੇ ਵੀ ਪਾਉਂਦੇ ਨੇ। ਉਸ ਤੋਂ ਬਾਅਦ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਖ ਨੂੰ ਕਿਰਪਾਨ ਵੀ ਰੱਖਣੀ ਸਿਖਾਈ, ਸ਼ਸਤਰਧਾਰੀ ਬਣਾ ਦਿੱਤਾ, ਸਿੱਖ ਕਿਰਪਾਨ ਵੀ ਪਹਿਲਾਂ ਤੋਂ ਧਾਰਨ ਕਰਦਾ ਤੇ ਕੰਧਾਂ ਦੇ ਕੇਸਾਂ ਵਿੱਚ ਰੱਖਦਾ ਹੀ ਹੈ ਸਿੱਖ, ਕਿਉਂਕਿ ਉਹਨੇ ਹਰ ਵੇਲੇ ਕੇਸਾਂ ਦੀ ਸੰਭਾਲ ਕਰਨੀ ਹੈ। ਇਸ ਲਈ ਚਾਰ ਕਕਾਰ ਆਲਰੇਡੀ ਸਿੱਖ ਦੇ ਕੋਲ ਹੈ। ਅੱਜ ਪੰਜਵਾਂ ਕਕਾਰ ਕੜੇ ਦੇ ਰੂਪ ਵਿੱਚ ਸਿੱਖ ਨੂੰ ਬਖਸ਼ਿਆ ਤੇ ਆਖਿਆ ਇਹ ਇਕੱਲਾ ਕੜਾ ਨਹੀਂ, ਇਸ ਨੂੰ ਇੰਜ ਸਮਝੀ ਕਿ ਇਹ ਤੇਰੇ ਸੱਚੇ ਹੱਥ ਵਿੱਚ ਪਈ ਹੋਈ ਗੁਰੂ ਦੀ ਨਿਸ਼ਾਨੀ ਹੈ। ਕਿਉਂਕਿ ਮਨੁੱਖ ਜੋ ਕੁਝ ਵੀ ਲਿਖਦਾ ਹੈ, ਤੋਲਦਾ ਹੈ, ਜਿੰਨੇ ਵੀ ਕੰਮ ਕਰਦਾ ਸੱਜੇ ਹੱਥ ਨਾਲ, ਤੂੰ ਗਲਤ ਲਿਖਣ ਲੱਗੇ ਤੇਰੇ ਹੱਥ ਵਿੱਚ ਗੁਰੂ ਦਾ ਕੜਾ ਨਜ਼ਰ ਆ ਜਾਏ, ਤੂੰ ਘੱਟ ਤੋਲਣ ਲੱਗੇ ਤੈਨੂੰ ਕੜਾ ਨਜ਼ਰ ਆ ਜਾਏ ਵੀ ਨਹੀਂ ਗੁਰੂ ਕੀ ਮੈਨੂੰ ਇਜਾਜ਼ਤ ਨਹੀਂ, ਤੂੰ ਕਿਸੇ ਮਜ਼ਲੂਮ ਤੇ ਹੱਥ ਚੁੱਕਣ ਲੱਗੇ ਕੜਾ ਤੇਰੀ ਨਿਗਾਹ ਵਿੱਚ ਆ ਜਾਏ ਵੀ ਨਹੀਂ ਗੁਰੂ ਨੇ ਮੈਨੂੰ ਹੱਥ ਕੜੀ ਲਾਈ, ਮੈਂ ਉਸ ਗੁਰੂ ਦੀ ਰਜ਼ਾ ਵਿੱਚ ਤੁਰਨਾ। ਦੇਖ ਕੇ ਕੇਸ਼ ਦਸ਼ਮੇਸ਼ ਨੇ ਕਿਹਾ, ਮੂੰਹੋਂ ਜਾਓ ਬਖਸ਼ੀਆਂ ਅੱਜ ਸਰਦਾਰੀਆਂ ਨੇ, ਕੰਘਾ ਫੇਰ ਦੇ ਸਦਾ ਹੀ ਯਾਦ ਰੱਖਣਾ, ਕਦੇ ਸਿਰਾਂ ਤੇ ਫਿਰਨੀਆਂ ਆ ਰਹੀਆਂ ਨੇ। ਕਹਿਣ ਲੱਗੇ ਫਿਰ ਆ ਜਿਹੜੇ ਤੈਨੂੰ ਕਕਾਰ ਬਖਸ਼ੇ ਨੇ ਇਹ ਤੈਨੂੰ ਜੀਵਨ ਜੀਣ ਦੀ ਜਾਚ ਸਿਖਾਉਣਗੇ। ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ
पांच ककार साढ़े लिए जरूरी कर देते हैं। चार ककार पहला तो ने पंजवा ककार देंगे सिख दे लिए पक्का कर दिता कि सिख पांच ककार का धार नहीं है। कैसा जीवन होएगा भाई दया राम जी का पुठे ने पातशाह शीश ते पहला भी तुहाडा सी असी ते रोज बाणी पढ़ते पातशाह ऐसा सतगुर जे मिलै तिसनो सिर सौंपिया विचों आप जाए। पातशाह जिस दिन पहले दिन तुहाडे आण के दर्शन कीते सी सिर ते उतले तुहाडे चरणां विच रख दित्ता सी। असल विच मत्था टेकण दा मतलब ही यह है असी अपनी सारी सियाणप अपनी मत अपना आपा गुरु के अगे समर्पित कर दिता। हुण इस मत दे विच मेरी मत नहीं गुरु की मत काम करेगी मेरी अपनी मत नहीं। ख्याल करना मनुख गलत कर्म करता ही उदो है जो ओरी अपनी मत काम करती फिर बंदा की कहता भी मेरी मर्जी मैं अमृत वेले उठना या ना उठा मेरी मर्जी है ना मेरा मन नहीं करता मैं नहीं उठता। मैं बाणी पढ़ा या ना पढ़ा मेरी मर्जी क्योंकि मेरी मत काम कर रही है। मैं गुरु घर जावा या ना जावा मेरी मर्जी पर जिस दिन मत्था टेक के अपनी मत छड़ दिती जिसनों साहब जी ने आख्या मन की मत त्यागो हर जन अपनी मत छड़ते ते की करिए जे साडे कोल मत ही ना होई ते फिर असीं संसारी विहार किवें करांगे। जे साडे कोल मत ही ना रही असीं अपनी मत ही गुरु नूं दे दित्ती मन की मत त्यागो अपनी मत त्याग दित्ती हुण मेरे कोल मत ही नहीं मैनूं समझ ही नहीं रही मैं की करांगा। कहण लगे वसदे होए ते पवाड़ा है कि तेरी अपनी मत है अपनी मत जो कुछ कराएगी तेरे तो गलत कराएगी फिर करिए कि जे अपनी मत छड़ दित्ती। कहण लगे खोल की मत तू ले आते हुण तू गुरु की मत लै ला अपनी मत छड़ दित्ती खाली हो गया बिल्कुल हुण गुरु की मत लै ली। हुण गुरु की मत की कहेगी गुर सतगुर का जो सिख अखाए सो भड़के उठ हर नाम ध्यावै। हुण गुरु की मत अंदर कह रही है भी नहीं जे तू गुरु का सिख है तो अमृत वेले उठना तेरा फर्ज बनता हुण उठेगा क्योंकि अंदर गुरु की मत आ गई। अपनी मत सी कि मेरी मर्जी है हुण गुरु की मत आ गई हुण किवें कहेगा मेरी मर्जी हुण गुरु की मत काम करेगी। जदों कहते झूठ बोलन लगा तो गुरु ने आख्या झूठ ना बोल पाटे सच कहिए सच्ची गल कर झूठ ना बोल। जदों कहते दुनिया विच कहर वापरिया किसी का नुकसान होया कोई बुरा होया ते अज बहुत सारे लोग अपने आप नूं धर्मी अखवाउण वाले अपने मूँह बंद करके बह जाते ने कि सानू की जो मर्जी होवे किसी का नुकसान हो रहा है किसी की पत लह रही है सानू कोई फर्क नहीं पैंदा ते असीं कहिंदे असीं धर्मी आ। फिर अंदरों गुरु की मत ने आवाज दिती आख्या बोल सो धर्मीड़िया मोन कत धारी राम मोनी क्यों हो गया तेरी जबान बंद क्यों हो गई जे संसार विच कुछ गलत हो रहा उहदे खिलाफ आवाज उठा तू धर्मी तां है। ਇਹ ਨਹੀਂ ਵੀ ਮੈਂ ਬਾਣੀ ਪੜ੍ਹ ਲਈ ਅਤੇ ਮੈਂ ਧਰਮੀ ਬਣ ਗਿਆ ਅਤੇ ਸਮਾਜ ਵਿੱਚ ਜੋ ਮਰਜ਼ੀ ਕੁਰੀਤੀਆਂ ਹੋਈ ਜਾਵੇ ਜੋ ਮਰਜ਼ੀ ਮਾੜਾ ਹੋਈ ਜਾਵੇ ਕਿਸੇ ਦੀ ਬੇਪੱਤੀ ਹੋ ਜਾਵੇ ਮੈਨੂੰ ਕੀ ਫਰਕ ਪੈਂਦਾ। ਅੱਜ ਕਿੰਨੇ ਆਪਣੇ ਆਪ ਨੂੰ ਬਾਬੇ ਅਖਵਾਉਣ ਵਾਲੇ ਗੁਰੂ ਅਖਵਾਉਣ ਵਾਲੇ ਕਿੰਨੇ ਕੁ ਲੋਕ ਮੂੰਹ ਖੋਲਦੇ ਨੇ ਕੋਈ ਗੱਲਾਂ ਹੀ ਮੂੰਹ ਖੋਲਦਾ ਹੈ। ਆਹ ਤੁਹਾਡੇ ਸਾਹਮਣੇ ਆ ਪਿਛਲੇ ਸਮੇਂ ਵਿੱਚ ਕੀ ਕੁਝ ਹੋਇਆ ਕਠੂਏ ਦੇ ਵਿੱਚ ਜਿਹਨੇ ਆਪਣੇ ਆਪ ਨੂੰ ਰੱਬ ਕਹਾਉਣ ਵਾਲੇ ਗੁਰੂ ਕਹਾਉਣ ਵਾਲੇ ਕੋਈ ਮੂੰਹ ਨਹੀਂ ਖੋਲ ਰਿਹਾ ਕਿਉਂ ਕਿਉਂਕਿ ਲੋਕ ਟੁੱਟ ਜਾਣਗੇ ਡਰ ਹੈ ਅੰਦਰ ਕਿਤੇ ਨਾ ਕਿਤੇ ਵੀ ਕਿਤੇ ਕਿਉਂਕਿ ਹਰ ਕਿਸੇ ਨੇ ਸਾਡੇ ਦਰ 'ਤੇ ਆਉਣਾ
ਤੇ ਕਿਸੇ ਨੂੰ ਬੁਰਾ ਨਾ ਲੱਗ ਜਾਏ, ਇਸ ਲਈ ਟੋਪੀ ਠੀਕ ਹੈ ਵੀ ਅਸੀਂ ਤੇ ਰੱਬ ਦਾ ਨਾਮ ਜਾਪਦੇ, ਸਾਨੂੰ ਕੋਈ ਮਤਲਬ ਨਹੀਂ। ਪਰ ਜਿਹਦੇ ਅੰਦਰ ਗੁਰੂ ਦੀ ਮੱਤ ਆ ਗਈ ਉਹ ਆਪਣਾ ਆਪਾ ਤੱਕ ਪ੍ਰਵਾਨ ਕਰ ਦਿੰਦਾ, ਪਰ ਬੋਲਦਾ ਹੈ ਝੂਠ ਦੇ ਖਿਲਾਫ, ਨਾ ਇਨਸਾਫ਼ੀ ਦੇ ਖਿਲਾਫ ਉਹ ਆਵਾਜ਼ ਚੁੱਕਦਾ ਹੈ। ਇਸ ਲਈ ਆਖਿਆ ਗੁਰੂ ਕੇ ਸਿੱਖਾਂ ਤੋਂ ਗੁਰੂ ਦੀ ਮੱਤ ਲੈ, ਸਿਰ ਗੁਰੂ ਦੇ ਅੱਗੇ ਝੁਕਾਉਣ ਤੋਂ ਅਰਥ ਇਹ ਸੀ ਆਪਣੀ ਮੱਤ ਛੱਡ ਕੇ ਗੁਰੂ ਦੀ ਮੱਤ ਲੈ ਲਈ। ਦੂਸਰੀ ਗੱਲ, ਸਿਰ ਗੁਰੂ ਦੇ ਅੱਗੇ ਝੁਕ ਗਿਆ, ਅੱਜ ਤੋਂ ਬਾਅਦ ਕਿਸੇ ਹੋਰ ਦੇ ਅੱਗੇ ਨਹੀਂ ਝੁਕੇਗਾ, ਕਿਉਂਕਿ ਅੰਦਰ ਗੁਰੂ ਦੀ ਮੱਤ ਆ ਗਈ। ਗੁਰੂ ਦੀ ਮੱਤ ਨੇ ਆਖਿਆ ਕਿ ਹਰ ਦਿਨ ਹੋਰ ਨਾ ਪੂਜੋ, ਮੜੈ ਮਸਾਣ ਨਾ ਜਾਈ। ਇੱਕ ਅਕਾਲ ਦੀ ਪੂਜਾ ਕਰਨੀ ਹੈ ਕਿਸੇ ਬੜੀ ਮਸਾਣ ਤੇ, ਕਿਸੇ ਹੋਰ ਇੱਧਰ ਉੱਧਰ ਦੀ ਭਟਕਣਾ ਵਿੱਚ ਗੁਰੂ ਕੇ ਸਿੱਖਾਂ ਤੋਂ ਬਿਲਕੁਲ ਨਹੀਂ ਪੈਣਾ। ਇਹ ਗੁਰੂ ਦੀ ਮੱਤ ਅੰਦਰ ਆ ਗਈ। ਜਦੋਂ ਗੁਰੂ ਕੀ ਮੱਤ ਅੰਦਰ ਆਈ ਤੇ ਮਨੁੱਖ ਤਾਂ ਹੀ ਧਰਮੀ ਬਣਿਆ, ਹੁਣ ਕਿਸੇ ਹੋਰ ਦੇ ਅੱਗੇ ਸਿਰ ਨਹੀਂ ਝੁਕ ਸਕਦਾ। ਗੁਰੂ ਕੇ ਸਿੱਖਾ, ਦੁਨੀਆ ਕਿਸੇ ਦੇ ਅੱਗੇ ਝੁਕਦੀ ਹੈ ਝੁਕੀ ਜਾਵੇ, ਪਰ ਜਦੋਂ ਤੂੰ ਆਪਣੇ ਸੀਸ ਤੇ ਗੁਰੂ ਦੀ ਬਖਸ਼ੀ ਹੋਈ ਦਸਤਾਰ ਸਜਾ ਕੇ ਕਿਸੇ ਦੇਹਧਾਰੀ ਦੇ ਅੱਗੇ, ਕਿਸੇ ਮੜੀ ਤੇ, ਕਿਸੇ ਕਬਰ ਤੇ, ਕਿਸੇ ਹੋਰ ਆਪਣੇ ਆਪ ਨੂੰ ਰੱਬ ਅਪਾਉਣ ਵਾਲੇ ਦੇ ਅੱਗੇ ਜਾ ਕੇ ਝੁਕਦਾ ਹੈ, ਇਹਦੇ ਵਿੱਚ ਬੜੀ ਵੱਡੀ ਹਾਨੀ ਹੈ। ਇਹਦੇ ਵਿੱਚ ਤੇਰਾ ਨੁਕਸਾਨ ਨਹੀਂ, ਕਿਉਂਕਿ ਤੇਰੇ ਸਿਰ ਤੇ ਜੋ ਪੱਗ ਬੱਜੀ ਉਹ ਤੇਰੀ ਆਪਣੀ ਪੱਗ ਨਹੀਂ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪੱਗ ਹੈ। ਜਦੋਂ ਤੂੰ ਆਪਣੇ ਸਿਰ ਤੇ ਦਸਤਾਰ ਸਜਾ ਕੇ ਕਿਸੇ ਅੱਗੇ ਮੱਥਾ ਟੇਕਣਾ ਹੈ, ਇਹਦਾ ਅਰਥ ਉੱਥੇ ਗੁਰੂ ਕੀ ਪੱਗ ਝੁਕਦੀ, ਤੇਰੀ ਪੱਗ ਨਹੀਂ। ਹੁਣੀ ਸਕੱਤਰ ਸਾਹਿਬ ਤੁਹਾਨੂੰ ਸਵਾਲ ਸੁਣਾ ਰਹੇ ਸੀ, ਬਾਤ ਕਹੂੰ ਨਾ ਅਬ ਕੀ ਨਾ ਤਬ ਕੀ, ਅਗਰ ਨਾ ਹੁੰਦੇ ਗੁਰੂ ਗੋਬਿੰਦ ਸਿੰਘ ਤੋਂ ਸੁਨਤ ਹੋਦੀ ਸਭ ਕੀ, ਫਿਰ ਪੱਗ ਕਢਾਉਣੀ ਸੀ। ਇਹਦਾ ਮਤਲਬ ਪੱਗ ਤੇਰੇ ਸਿਰ ਤੇ ਜੇ ਸੱਜੀ ਹੈ ਕਿ ਤੇਰੀ ਆਪਣੀ ਨਹੀਂ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ। ਇਤਿਹਾਸ ਵਿੱਚ ਇੱਕ ਘਟਨਾ ਆਉਂਦੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ, ਇੱਕ ਧੋਬੀ ਹੈ ਜਿਹੜਾ ਉਹਨਾਂ ਦੇ ਕੱਪੜਿਆਂ ਨੂੰ ਧੋਂਦਾ ਹੁੰਦਾ। ਕਈ ਸਾਲ ਉਹਨੇ ਕੱਪੜੇ ਧੋਤੇ। ਇੱਕ ਦਿਨ ਮਹਾਰਾਜਾ ਰਣਜੀਤ ਸਿੰਘ ਪ੍ਰਸੰਨ ਹੋ ਕੇ ਉਸ ਧੋਬੀ ਨੂੰ ਕੋਲ ਬੁਲਾਉਂਦੇ ਨੇ, ਇੱਕ ਆਪਣੀ ਬੜੀ ਕੀਮਤੀ ਪੱਗ ਜਿਹੜੀ ਸੀ ਉਸ ਧੋਬੀ ਨੂੰ ਦਿੱਤੀ। ਧੋਬੀ ਨੂੰ ਦਿੱਤੀ ਵੀ ਆਹ ਮੇਰੀ ਪੱਗ ਹੈ, ਇਸ ਨੂੰ ਤੂੰ ਆਪਣੇ ਸਿਰ ਤੇ ਸਜਾ। ਹੁਣ ਬੜੀ ਵੱਡੀ ਸੌਭਾ, ਬੜਾ ਵੱਡਾ ਤੋਹਫਾ, ਕੋਈ ਆਪਣੀ ਪੱਗ ਕਿਸੇ ਨੂੰ ਦੇ ਦੇਵੇ ਬਹੁਤ ਵੱਡੀ ਗੱਲ ਹੈ। ਹੁਣ ਇਸ ਧੋਬੀ ਨੇ ਪੱਗ ਲਈ ਤੇ ਆਪਣੇ ਘਰ ਚਲਿਆ ਗਿਆ, ਜਾ ਕੇ ਆਪਣੀ ਘਰ ਵਾਲੀ ਨੂੰ ਕਹਿਣ ਲੱਗਾ ਭਾਗ ਵਾਲੇ ਨੂੰ ਸੰਭਾਲ ਕੇ ਰੱਖ, ਕੀ ਹੈ? ਕਹਿਣ ਲੱਗੇ ਇਹ ਮਹਾਰਾਜਾ ਰਣਜੀਤ ਸਿੰਘ ਦੀ ਪੱਗ ਹੈ। ਜਦੋਂ ਕਿਤੇ ਮੈਂ ਫੰਕਸ਼ਨ ਵਿੱਚ ਜਾਣਾ ਹੋਵੇ, ਕਿਤੇ ਰਿਸ਼ਤੇਦਾਰੀ ਵਿੱਚ, ਵਿਆਹ ਸ਼ਾਦੀ ਵਿੱਚ, ਫਿਰ ਇਹ ਬੰਨ੍ਹ ਕੇ ਜਾਇਆ ਕਰਾਂਗਾ, ਰੱਖ ਲਈ ਸੰਭਾਲ ਕੇ। ਹੁਣ ਕਿਸੇ ਅਮੀਰ ਦੇ ਘਰ ਵਿੱਚ ਜਾਣਾ ਪੈ ਗਿਆ, ਸ਼ਾਹੂਕਾਰ ਦੇ ਘਰ ਵਿੱਚ, ਉੱਥੇ ਮਹਿਫਲ ਲੱਗੀ ਹੈ ਤੇ ਧੋਬੀ ਵੀ ਗਿਆ, ਲੋਕ ਆਉਂਦੇ ਨੇ, ਬੜੇ ਅਦਬ ਦੇ ਨਾਲ ਉਹਦੇ ਅੱਗੇ ਸਿਰ ਝੁਕਾਉਂਦੇ ਨੇ ਉਸ ਸ਼ਾਹੂਕਾਰ ਦੇ, ਤੇ ਉਹਨੂੰ ਮਿਲਦੇ ਨੇ ਤੇ ਬੈਠਦੇ ਨੇ। ਜਦੋਂ ਇਹ ਧੋਬੀ ਉੱਥੇ ਪਹੁੰਚਿਆ, ਇਹਨੇ ਵੇਖਿਆ, ਕੁਝ ਦੇਰ ਲਈ ਰੁਕ ਗਿਆ, ਵੇਖ ਕੇ ਉੱਥੋਂ ਦਾ ਨਜ਼ਾਰਾ। ਇਹਨੇ ਕੀ ਕੀਤਾ, ਕੁਝ ਸਕਿੰਟ, ਕੁਝ ਮਿੰਟ ਸੋਚਣ ਤੋਂ ਬਾਅਦ ਇਹਨੇ ਪੱਗ ਸਿਰ ਤੋਂ ਉਤਾਰੀ, ਉਹ ਸ਼ਾਹੂਕਾਰ ਦੇ ਅੱਗੇ ਝੁੱਕ ਕੇ ਉਹਨੂੰ ਨਮਸਕਾਰ ਕੀਤੀ ਤੇ ਸਿੱਧਾ ਖੜਾ ਕੇ ਫਿਰ ਸਿਰ ਤੇ ਪੱਗ ਪਾ ਲਈ। ਉਹਨੇ ਪੁੱਛ ਲਿਆ, ਲੱਗਾ ਵੀ ਬੜੀ ਹੈਰਾਨੀ ਦੀ ਗੱਲ ਹੈ, ਬੜੀ ਕਮਾਲ ਦੀ ਗੱਲ ਹੈ, ਇਹ ਗੱਲ ਮੈਂ ਅੱਜ ਤੱਕ ਵੇਖੀ ਨਹੀਂ ਕਦੇ, ਇਹ ਨਵੀਂ ਗੱਲ ਕੀ ਗੱਲ ਵਿਖਾਈ। ਕਹਿਣ ਲੱਗਾ ਤੇਰੇ ਸਿਰ ਤੇ ਪੱਗ ਬੱਜੀ ਹੈ, ਤੂੰ ਪੱਗ ਲਾ ਕੇ ਮੈਨੂੰ ਸਿਰ ਝੁਕਾਇਆ ਤੇ ਖੜਾ ਕੇ ਫਿਰ ਸਿਰ ਤੇ ਪੱਗ ਪਾ ਲਈ, ਇਹਦਾ ਮਤਲਬ ਕੀ ਹੈ? ਕਹਿਣ ਲੱਗਾ ਜੀ ਅਸਲ ਵਿੱਚ
ਮੈਂ ਹਾਂ ਗਰੀਬ, ਮੈਂ ਹਾਂ ਇੱਕ ਧੋਬੀ, ਤੁਸੀਂ ਬੜੇ ਵੱਡੇ ਸ਼ਾਹੂਕਾਰ ਹੋ ਤੇ ਮੇਰਾ ਫਰਜ ਬਣਦਾ ਮੈਂ ਝੁੱਕ ਕੇ ਤੁਹਾਡੇ ਸਾਹਮਣੇ ਤੁਹਾਡਾ ਸਤਿਕਾਰ ਕਰਾਂ। ਪਰ ਜਦੋਂ ਮੈਂ ਨਿਗਾਹ ਮਾਰੀ ਵੀ ਮੇਰੇ ਸਿਰ ਤੇ ਮੇਰੀ ਪੱਗ ਨਹੀਂ, ਮੇਰੇ ਸਿਰ ਤੇ ਮਹਾਰਾਜਾ ਰਣਜੀਤ ਸਿੰਘ ਦੀ ਪੱਗ ਬੱਝੀ ਹੈ, ਫਿਰ ਖਿਆਲ ਆਇਆ ਕਿ ਇਹ ਉਹ ਪੱਗ ਹੈ ਜਿਹੜੀ ਅੱਜ ਤੱਕ ਨਾ ਡੋਗਰਿਆਂ ਦੇ ਅੱਗੇ ਝੁਕੀ ਨਾ ਕਿਸੇ ਦੁਸ਼ਮਣ ਦੇ ਅੱਗੇ ਝੁਕੀ। ਤੇ ਜਦੋਂ ਵੀ ਮਹਾਰਾਜਾ ਰਣਜੀਤ ਸਿੰਘ ਦੀ ਪੱਗ ਝੁਕੀ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਅੱਗੇ, ਕਿਸੇ ਹੋਰ ਦੇ ਅੱਗੇ ਨਹੀਂ ਝੁਕੀ। ਜਿਸ ਪੱਗ ਨੂੰ ਅੱਜ ਤੱਕ ਕੋਈ ਝੁਕਾ ਨਾ ਸਕਿਆ, ਮੈਂ ਉਹ ਪੱਗ ਆਪਣੇ ਸਿਰ ਤੇ ਪਾ ਕੇ ਤੇਰੇ ਅੱਗੇ ਝੁਕ ਜਾਵਾਂ, ਇਹ ਪੱਗ ਦੀ ਤੌਹੀਨ ਹੋਏਗੀ। ਕਹਿਣ ਲੱਗਾ ਮੈਂ ਗਰੀਬ ਹਾਂ, ਮੈਂ 100 ਵਾਰ ਤੁਹਾਡੇ ਅੱਗੇ ਝੁਕਾਂਗਾ। ਗੁਰੂ ਕੇ ਸਿੱਖਾ, ਇੱਕ ਧੋਬੀ ਦੇ ਅੰਦਰ ਪੱਗ ਦਾ ਇੰਨਾ ਸਤਿਕਾਰ, ਉਹ ਕਹਿੰਦਾ ਵੀ ਨਹੀਂ ਮੈਂ ਨਹੀਂ ਝੁਕਿਆ, ਇਹ ਪੱਗ ਝੁਕ ਜਾਏਗੀ। ਤੇ ਜੇ ਕੋਈ ਆਪਣੇ ਆਪ ਨੂੰ ਸਿੱਖ ਪਖਵਾਉਣ ਵਾਲਾ ਥਾਂ ਥਾਂ ਤੇ ਮੱਥੇ ਟੇਕਦਾ ਫਿਰੇ, ਉਹਨੂੰ ਪਤਾ ਸਾਹਿਬ ਨੇ ਬਾਣੀ ਵਿੱਚ ਕੀ ਆਖਿਆ। ਅਸਲ ਵਿੱਚ ਜਦੋਂ ਆਪਾਂ ਬਾਣੀ ਪੜ੍ਹਦੇ ਤੇ ਆਪਾਂ ਆਪਣੇ ਮਤਲਬ ਦੇ ਸ਼ਬਦ ਲੱਭ ਲੈਂਦੇ, ਕਿਹੋ ਜਿਹੇ ਸ਼ਬਦ, ਲੱਗ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਜਾਂ ਉਹ ਜੇ ਸ਼ਬਦ ਮਿੱਠੇ ਮਿੱਠੇ, ਇਹੋ ਜਿਹੇ ਵੀ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ, ਵੀ ਜਿਹੜੇ ਸਾਨੂੰ ਚੰਗੇ ਲੱਗਣ। ਪਰ ਗੁਰੂ ਦੀ ਬਾਣੀ ਵਾਰ ਵਾਰ ਸਾਨੂੰ ਪ੍ਰੇਰਣਾ ਦਿੰਦੀ, ਮੋੜਦੀ ਹੈ। ਬੜੇ ਤਰੀਕਿਆਂ ਦੇ ਨਾਲ ਗੁਰੂ ਸਾਹਿਬ ਨੇ ਬਾਣੀ ਵਿੱਚ ਸਾਨੂੰ ਸਮਝਾਇਆ। ਸਾਹਿਬ ਜੀ ਕਹਿਣ ਲੱਗੇ, ਜਿਹੜਾ ਮਨੁੱਖ ਇੱਕ ਮਾਲਕ ਦਾ, ਇੱਕ ਗੁਰੂ ਦਾ ਦਰ ਛੱਡ ਕੇ ਥਾਂ ਥਾਂ ਤੇ ਝੁਕਦਾ ਹੈ, ਜਾਂ ਥਾਂ ਥਾਂ ਤੇ ਜਾ ਕੇ ਝੋਲੀ ਟੱਟਦਾ, ਥਾਂ ਥਾਂ ਤੇ ਜਾਂਦਾ ਹੈ, ਕਹਿਣ ਲੱਗੇ ਉਹਦੀ ਹਾਲਤ ਪਤਾ ਕੈਸੀ ਹੈ। ਦੁਆਰ ਹੈ ਦੁਆਰ ਸਵਾਦ ਜਿਉਂ ਡੋਲਤ, ਨਹਿ ਸੋਧ ਰਾਮ ਭਜਨ ਕੀ। ਪਾਤਸ਼ਾਹ ਕਹਿਣ ਲੱਗੇ ਦਰ ਦਰ ਤੇ ਇਸ ਤਰ੍ਹਾਂ ਭਟਕ ਰਿਹਾ ਹੈ ਜਿਵੇਂ ਕੋਈ ਅਵਾਰਾ ਕੁੱਤਾ ਤੁਰਿਆ ਫਿਰਦਾ ਹੁੰਦਾ, ਕਿਉਂਕਿ ਭੁੱਖਾ ਹੈ, ਭੁੱਖ ਲੱਗੀ ਅਵਾਰੇ ਕੁੱਤੇ ਨੂੰ, ਉਹਨੂੰ ਰੋਟੀ ਪਾਉਣ ਪਾਏਗਾ। ਕਦੇ ਕਿਸੇ ਦੇ ਦਰ ਤੇ ਜਾਂਦਾ ਹੈ, ਰੋਟੀ ਮਿਲਦੀ ਕੋਈ ਨਹੀਂ, ਉਧਰੋਂ ਡਾਂਗ ਪੈਂਦੀ ਮੂੰਹ ਤੇ, ਫਿਰ ਕਿਸੇ ਹੋਰ ਦੇ ਘਰ ਵੱਲ ਝਾਕਦਾ ਹੈ, ਉਧਰੋਂ ਫਿਰ ਛਿੱਤਰ ਪੈਂਦੇ। ਉਹ ਦਰ ਦਰ ਤੇ ਭਟਕਦਾ ਫਿਰਦਾ ਹੈ, ਘਰ ਕੋਈ ਵੜਨ ਨਹੀਂ ਦਿੰਦਾ, ਖਾਣ ਨੂੰ ਕੁਝ ਮਿਲਦਾ ਨਹੀਂ। ਕਹਿਣ ਲੱਗੇ ਇਹ ਹਾਲਤ ਹੈ ਮਨਮੁੱਖ ਬੰਦੇ ਦੀ, ਗੁਰੂ ਤੋਂ ਟੁੱਟੇ ਹੋਏ ਇਨਸਾਨ ਦੀ, ਜਿਹੜਾ ਇੱਕ ਮਾਲਕ ਨੂੰ ਇੱਕ ਗੁਰੂ ਨੂੰ ਛੱਡ ਕੇ ਦਰ ਦਰ ਤੇ ਭਟਕਦਾ ਫਿਰਦਾ, ਕਦੋਂ ਕੁਝ ਹਾਸਲ ਨਹੀਂ ਹੁੰਦਾ। ਆਖਿਆ ਵੀ ਕੁੱਤਾ ਇੰਨਾ ਹੀ ਮਾੜਾ ਹੈ, ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ ਨਹੀਂ ਮਾੜਾ ਨਹੀਂ, ਕੁੱਤਾ ਬੜਾ ਮਹਾਨ ਹੈ। ਕਹਿਣ ਲੱਗੇ ਇੱਕ ਤੇ ਉਹ ਕੁੱਤਾ ਜਿਹੜਾ ਅਵਾਰਾ ਹੈ ਦਰ ਦਰ ਤੇ ਭਟਕਦਾ ਫਿਰਦਾ ਹੈ, ਕਹਿਣ ਲੱਗੇ ਇਹੋ ਜਿਹਾ ਸੁਭਾਅ ਨਾ ਬਣਾਵੇ, ਜਿੱਧਰ ਜਾਏਗਾ ਪ੍ਰਾਪਤ ਕੁੱਝ ਨਹੀਂ ਹੋਣਾ। ਪਾਤਸ਼ਾਹ ਫਿਰ ਕੀ ਕਰੀਏ, ਕਹਿਣ ਲੱਗੇ ਇੱਕ ਉਹ ਵੀ ਕੁੱਤਾ ਦੇਖਿਆ ਜੇ ਜਿਹੜਾ ਇੱਕ ਮਾਲਕ ਦਾ ਹੁੰਦਾ, ਇੱਕ ਘਰ ਵਿੱਚ ਜਿਸ ਨੇ ਪਾਲਿਆ ਹੋਵੇ ਇੱਕ ਕੁੱਤੇ ਨੂੰ, ਉਹ ਕਿੰਨਾ ਵਫ਼ਾਦਾਰ ਹੁੰਦਾ ਆਪਣੇ ਮਾਲਕ ਦਾ, ਫਿਰ ਉਹਨੂੰ ਸਾਰੇ ਸੁੱਖ ਸੁਵਿਧਾ ਮਿਲਦੇ। ਤੁਸੀਂ ਵੇਖਿਆ ਅਮੀਰ ਘਰਾਂ ਦੇ ਵਿੱਚ ਜਿਹੜੇ ਕੁੱਤੇ ਨੇ ਗੱਡੀਆਂ ਵਿੱਚ ਘੁੰਮਦੇ, ਖਾਣ ਦੀ ਚੰਗੀ ਖੁਰਾਕ ਮਿਲਦੀ ਹੈ, ਰਹਿਣ ਦਾ ਚੰਗਾ ਪ੍ਰਬੰਧ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿਣ ਲੱਗੇ ਜੇ ਕਿਤੇ ਬੰਦਗੀ ਕਰਨ ਦੀ ਜਾਚ ਸਿੱਖਣੀ ਹੈ ਤੇ ਤੂੰ ਇੱਕ ਕੂਕਰ ਤੋਂ ਵੀ ਸਿੱਖ ਸਕਦਾ। ਕਹਿਣ ਲੱਗੇ ਸਵਾਮੀ ਕੋ ਗ੍ਰਹ ਜਿਉਂ ਸਦਾ, ਸਵਾਲ ਤਜਤ ਨਹੀਂ ਨਿਤ, ਨਾਨਕ ਇਹ ਬਿਧ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਕਹਿਣ ਲੱਗੇ ਜਿਵੇਂ ਇੱਕ ਮਾਲਕ ਦਾ ਜਿਹੜਾ ਕੂਕਰ ਹੈ ਉਹਨੂੰ ਸਾਰੇ ਸੁੱਖ ਸੁਵਿਧਾਵਾਂ ਮਿਲ ਜਾਂਦੀਆਂ ਨੇ, ਤੂੰ ਇਸ ਤਰ੍ਹਾਂ ਇੱਕ ਮਾਲਕ ਦਾ ਬਣ ਕੇ ਰਹੋ, ਤੈਨੂੰ ਸਭ ਕੁਝ ਪ੍ਰਾਪਤ ਹੋ ਜਾਏਗਾ। ਕਿਉਂਕਿ ਉਹ ਮਾਲਕ ਜਿਹੜਾ ਹੈ ਨਾ, ਉਹਦੇ ਘਰ ਵਿੱਚ ਕਿਸੇ ਚੀਜ਼ ਦੀ ਘਾਟ ਨਹੀਂ, ਘਾਟ ਤੇਰੇ ਵਿੱਚ ਹੈ ਜੋ ਤੂੰ ਇੱਕ ਮਾਲਕ 'ਤੇ ਭਰੋਸਾ ਨਾ ਕਰਕੇ ਦਰ ਦਰ 'ਤੇ ਥਾਂ ਥਾਂ 'ਤੇ ਭਟਕਦਾ ਫਿਰਦਾ। ਉੱਥੇ ਆਖਿਆ ਆਪਾਂ ਰੋਜ਼ ਬਚਨ ਪੜ੍ਹਦੇ, ਸਾਚੇ ਸਾਹਿਬਾ ਕਿਆ ਨਾਹੀ ਘਾਟ ਤੇਰੇ, ਇਹ ਮੇਰੇ ਬਾਲ
मेरे घर में सब कुछ है। दत्ता दाता एक है सबको देवनहार। कितना कुछ है उसके घर में। कहने लगे ते ते टूट ना आवई अगणित भरे भंडार। इसलिए एक मालिक का बन के रहो। एक मालिक का बन के रहेगा ते तेनु सब कुछ प्राप्त हो जाएगा। तो आप इतिहास कर रहे सी दया राम जी ने आख्या पातशाह मैं ते तुहाडा। मैं ते पहला ही रोज बाणी पढ़ना ऐसा सतगुरु जेब लै सुनो सिर सौंपी है। मैं ते पहला ही तुहानू समर्पित हाँ। तुहाडी खुशी है तुसीं ला लो सिर। उस रब के प्यारे की किन्नी बंदगी होगी। वो पिछे सोच के वेखिए। ये कोई मामूली गल नहीं। किन्ना जिगरा चाहिदा सानू ते हथा पैरों की पै जाएगी भी मेरा बनूगा की मेरे परिवार का की बनू। पर एक तिल जिन्ना भी अंदर डर नहीं सोचिया नहीं भी मेरा की बनेगा परिवार का। कह लगे नहीं बालक जी तुहानू लोड़ है मेरा सिर हाजिर है। तो गुरु ने वारी वारी पांच शीश लए पंजां नूं अमृत का बाटा तैयार करके शीस वक् वक् कीते हुए ने पांच बाणियां पढ़ के फिर पांच वार छटे मारे ने उन्होंने शरीर के नेत्रां विच मूँह विच पाया है अमृत शीस विच पाया है अमृत। ते आखिया वाहिगुरु जी का खालसा वाहिगुरु जी की फतेह। तो पांच प्यारे जिहड़े उस सुरजीत होंदे ने भाव शीस जिहड़े धर्मां नूं वाक सी उन्हां दे विच नवीं रूह हो गई। हुण इह किवें हो सकदा कोई सवाल कर सकदा भी साइंस इस गल नूं नहीं बणदा किवें हो सकदा किसी का सिर वाक कर दिता फिर उहनूं जीना कर दिता। सवाल कोई कर सकदा। कोई डॉक्टर कह सकता है भी नहीं डॉक्टर नहीं मानते चीज़ को साइंसदान नहीं इस चीज़ को मान सकते। पर सब तो वड्डा कौन है आपां जो बाणी पढ़ते उन्हें कहते कि सब तो वड्डा डॉक्टर है या सब तो वड्डा साइंसदान है। उत्थे आपां कहते सब ते वड्डा सतगुर नानक जिन कल राखी मेरी। वो मालिक सब तो वड्डा है वड्डा साहिब ऊंचा थाओ वो सब तो वड्डा सारिया का मालक है। ते वो जो कुछ वो कर सकता है उन्हें कोई समझ नहीं सकता। वो कुछ भी कर सकता है। मृतक को जीवा लनहार बचन पढ़ते मरिया जिंदा कर सकता। मृतक को पायो तन सांसा विचरत आन मिलाया। मरे हुए दे विच रूह भोग दित्ती मेरे पातशाह ने। पर कमाल की गल हुण पंजां नूं पंज ककार धारण करवा के नवे चोले पवा के पंज प्यारे बनाया। उस तो बाद पंजां दे अगे गुरु गोबिंद सिंह महाराज। नोट करना कि अज तक गुरु गोबिंद सिंह महाराज जी का नाम गुरु गोबिंद राय है। गोबिंद राय जो पहला नाम है गुरता गद्दी ते विराजमान ने पर नाम की है गुरु गोबिंद राय। अज 1699 विसाखी वाले दिन पंज प्यारियां दी साजना तो बाद अज उन्हां दे पंजां दे अगे हाथ जोड़े बेनती कीती मेरे ते भी कृपा करो। एवं तां भाई गुरदास सिंह ने आखिया वाह वाह गोबिंद सिंह आपे गुर चेला। कदे गुरु गोबिंद सिंह महाराज ही नहीं गुरु नानक देव पातशाह जी भी गुरु चेला। किसी भी गुरु साहब का इतिहास पढ़ लो गुरु नानक देव पातशाह जी भाई लहना जी को गुरता गद्दी दे के उन्होंने अगे सिर झुका देते हैं। यह है गुर चेला। गुरु अपने चेले को गुरता गद्दी दे के उन्होंने अगे सिर झुका दिया। इसे तरह सारे गुरु साहिबाना ने किया। गुरता गद्दी बख्शन तो बाद आप सिर झुका तीसरे पातशाह
गुरु अमरदास साहब सच्चे पातशाह जी ने जिस वेले भाई जेठा जी को गुरु रामदास आप के उन्होंने गुरता करते हुए ते अपना वचन पढ़ते हैं। सतगुरु परतक हुंदा बहराज आप टिकाया। गुरु साहब ने परतक आप हुंदिया होया अपनी होंद दे विच गुरु रामदास साहब जी को गुरता करते हुए ते आप उन्होंने भी शीश नवाया। जिस वेले शीश झुकाया ते आखिया हुण तुसी गुरु हो तुहाडे कोल एक जिम्मेवारी है हुण बाणी उच्चार करो। ते देखो हुण गुरु रामदास साहब सच्चे पातशाह ने यह नहीं आखिया भी हुण मैं गुरु बन गया। उत्थे भी गुरु की वडियाई विच वचन आखे कहन लगे जो हमारी बिद होती मेरे सतगुरा सा बिद तुम हर जानो आपे हम रुलते फिरते कोई बात ना पूछता। मेरे मालका मैं ते उही जेठा हां जिन्हों लोग कहते सी ए अनाथ हो गया इहदे मां प्यो नहीं रहे इहनू संभालेगा कौन इहदी परवरिश कौन करेगा। लोग मैनू इंज गल्लां करदे सी मैं ते रुलदा फिरदा सां मेरे मालका ते तेरी वडियाई है तू मैनू बख्श दिंदा। धन धन गुरु नानक जन केरा जित मिलिया चूके सब सोग संतापे। जिहड़ा गुरु नूं समर्पित हो जांदा गुरु उहनू थाप के अपने वर्गा बना लैंदा। देखो बनाया ना फिर खालसे नूं आखिया भी आ जिहड़ा खालसा साजिया इह कोई वक्रा नहीं ਇਹ ਮੇਰਾ ਹੀ ਰੂਪ ਹੈ। ਖਾਲਸਾ ਮੇਰੋ ਰੂਪ ਹੈ ਖਾਸ ਇਹ ਮੇਰਾ ਹੀ ਰੂਪ ਆ। ਆਖਿਆ ਫਿਰ ਤੁਸੀਂ ਕਿੱਥੇ ਰਹਿੰਦੇ ਜੇ ਖਾਲਸੇ ਮੈਂ ਹਾਂ ਕਰੂੰ ਨਿਵਾਸ। ਮੇਰਾ ਨਿਵਾਸ ਹੀ ਖਾਲਸੇ ਦੇ ਵਿੱਚ ਹੈ ਮੈਂ ਖਾਲਸੇ ਨੂੰ ਆਪਣਾ ਹੀ ਰੂਪ ਬਣਾ ਲਿਆ। ਉੱਥੇ ਤੇ ਇੱਕ ਸਿੱਖ ਸੀ ਭਾਈ ਜੇਠਾ ਜਿਹੜਾ ਗੁਰੂ ਵਰਗਾ ਬਣ ਕੇ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦਾ ਹੈ ਗੁਰੂ ਰਾਮਦਾਸ ਬਣ ਕੇ। ਅੱਜ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਵੀ ਸਾਰੇ ਆਓ ਸਾਰੇ ਅੰਮ੍ਰਿਤ ਪਾਰ ਕਰੋ ਤੇ ਸਾਰੇ ਮੇਰਾ ਰੂਪ ਹੋ ਜਾਓ। ਮੈਂ ਕਹਿ ਸਕਾਂ ਵੀ ਖਾਲਸੇ ਮੈਂ ਹੋ ਕਰੋ ਨਿਵਾਸ ਮੈਂ ਤੁਹਾਡੇ ਵਿੱਚ ਹਾਂ ਮੈਂ ਤੁਹਾਨੂੰ ਆਪਣੇ ਵਰਗਾ ਹੀ ਬਣਾਉਣਾ ਚਾਹੁੰਦਾ। ਤੋ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਵੇਲੇ ਨਾਮ ਹੈ ਗੋਬਿੰਦ ਰਾਏ ਤੇ ਅਰਦਾਸ ਕੀਤੀ ਕਹਿਣ ਲੱਗੇ ਮੇਰੇ ਤੇ ਵੀ ਹੁਣ ਤਰਸ ਕਰੋ ਮੈਨੂੰ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦਿਓ। ਅੰਮ੍ਰਿਤ ਦੀ ਦਾਤ ਦੇ ਕੇ ਗੋਬਿੰਦ ਸਿੰਘ ਬਣਾ ਦਿਓ। ਹੁਣ ਸਮਝ ਲੈਣਾ ਕਿ ਜਿਹੜਾ ਸਿੰਘ ਸ਼ਬਦ ਹੈ ਕਿਤਨਾ ਮਹਾਨ ਹੈ। ਇੱਕ ਸਮਰੱਥ ਗੁਰੂ ਚਾਹੇ ਆਪਣੇ ਨਾਮ ਦੇ ਨਾਲ ਸਿੰਘ ਲਾ ਸਕਦਾ ਹੈ ਕਿਉਂਕਿ ਸਿੰਘ ਨਾਮ ਹੀ ਗੁਰੂ ਸਾਹਿਬ ਨੇ ਬਖਸ਼ਿਆ ਹੈ। ਪਰ ਕਹਿਣ ਲੱਗੇ ਨਹੀਂ ਅੰਮ੍ਰਿਤ ਪਾਨ ਕਰਕੇ ਹੀ ਸਿੰਘ ਸਕਦਾ ਹੈ। ਹੁਣ ਗੁਰੂ ਸਾਹਿਬ ਨੇ ਪੰਜ ਪਿਆਰੇ ਸਾਜੇ ਤੇ ਆਪ ਅੰਮ੍ਰਿਤ ਪਾਨ ਕੀਤਾ ਗੁਰ ਚੇਲਾ ਬਣੇ। ਇਹਦਾ ਅਰਥ ਸੀ ਕਿ ਕਿਤੇ ਕਿਸੇ ਸਿੱਖ ਦੇ ਮਨ ਵਿੱਚ ਸ਼ੰਕਾ ਨਾ ਰਹਿ ਜੇ ਵੀ ਮੈਂ ਤੇ ਬਾਣੀ ਪੜ੍ਹਦਾ ਵਾਂ ਸੇਵਾ ਕਰਦਾ ਰੋਜ਼ ਗੁਰਦੁਆਰੇ ਜਾਂਦਾ ਤੇ ਮੇਰਾ ਪਰ ਛੱਡਿਆਂ ਵਰਗਾ ਹੀ ਆ ਮੈਨੂੰ ਲੋੜ ਨਹੀਂ। ਕਈ ਕਹਿ ਦਿੰਦੇ ਵੀ ਮੇਰਾ ਤੇ ਛੱਡਿਆਂ ਵਰਗਾ ਹੀ ਆ ਮੈਂ ਨਸ਼ਾ ਕੋਈ ਨਹੀਂ ਕਰਦਾ ਝੂਠ ਨਹੀਂ ਬੋਲਦਾ ਬਾਣੀ ਵੀ ਪੜ੍ਹਦਾ ਗੁਰਦੁਆਰੇ ਵੀ ਜਾਂਦਾ ਸੇਵਾ ਵੀ ਕਰਦਾ ਮੇਰਾ ਤੇ ਛੱਡਿਆਂ ਵਰਗਾ ਹੀ ਹੈ। ਤੇ ਫਿਰ ਖਿਆਲ ਕਰਨਾ ਜਿਹੜਾ ਮਨੁੱਖ ਸਭ ਕੁਝ ਕਰ ਰਿਹਾ ਹੈ ਤੇ ਅੰਮ੍ਰਿਤ ਨੂੰ ਕਿਉਂ ਭੱਜ ਰਿਹਾ ਇਹਦਾ ਮਤਲਬ ਕਿਤੇ ਨਾ ਕਿਤੇ ਕੋਈ ਕਮਜ਼ੋਰੀ ਅੰਦਰ ਬੈਠੀ। ਉਹ ਮਨੁੱਖ ਆਪ ਜਾਣਦਾ ਵੀ ਕਿੱਥੇ ਕਮਜ਼ੋਰੀ ਹੈ। ਕਮਾਲ ਦੀ ਗੱਲ ਜੇ ਬਾਣੀ ਨਿਤਨੇਮ ਵੀ ਪੂਰਾ ਕਰ ਰਿਹਾ ਵਾ ਸੇਵਾ ਵੀ ਕਰ ਰਿਹਾ ਝੂਠ ਵੀ ਨਹੀਂ ਬੋਲਦਾ ਨਸ਼ੇ ਵੀ ਨਹੀਂ ਕਰਦਾ ਤੇ ਫਿਰ ਮੈਨੂੰ ਅੰਮ੍ਰਿਤ ਤੋਂ ਪਰਹੇਜ਼ ਕੀ ਹੈ। ਸਵਾਲ ਤੇ ਇੱਥੇ ਬੜਾ ਹੈ ਜੇ ਸਭ ਕੁਝ ਠੀਕ ਹੈ ਫਿਰ ਅੰਮ੍ਰਿਤ ਕਿਉਂ ਨਹੀਂ ਛੱਡਣਾ ਨਹੀਂ ਕਿ ਮੇਰਾ ਤੇ ਛੱਡਿਆ ਵਰਗਾ ਇਹਦਾ ਮਤਲਬ ਕਿਤੇ ਨਾ ਕਿਤੇ ਅੰਦਰ ਮੈਲ ਹੈ ਕਿਤੇ ਨਾ ਕਿਤੇ ਝੂਠ ਛੁਪਿਆ ਹੈ। ਤੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਲਈ ਸਭ ਤੋਂ ਪਹਿਲਾਂ ਆਪ ਅੰਮ੍ਰਿਤ ਪਾਨ ਕੀਤਾ ਕਿ ਕਿਸੇ ਦੇ ਮਨ ਵਿੱਚ ਇਹ ਸ਼ੰਕਾ ਨਾ ਰਹਿ ਜੇ ਵੀ ਅੰਮ੍ਰਿਤ ਛਕਣ ਦੀ ਲੋੜ ਨਹੀਂ। ਹੁਣ ਇੱਥੇ ਸਵਾਲ ਦੀ ਕੋਈ ਗੁੰਜਾਇਸ਼ ਨਹੀਂ ਵੀ ਅੰਮ੍ਰਿਤ ਛਕਣਾ ਕਿਉਂ ਜ਼ਰੂਰੀ ਹੈ ਕਿਉਂਕਿ ਜੋ ਗੁਰੂ ਕਰ ਰਿਹਾ ਹੈ
ਜੋ ਗੁਰੂ ਕਹਿ ਰਿਹਾ ਹੈ ਤੂੰ ਸਿੱਖ ਹੀ ਤਾਂ ਹੈ ਜੇ ਗੁਰੂ ਦੇ ਪਹਾੜੇ ਵਿੱਚ ਆਉਂਦਾ ਪਰ ਬਾਅਦ ਤੋਂ ਆਰੰਭ ਕੀਤੀ ਸੀ ਸੋ ਸਿੱਖ ਸਖਾ ਬੰਧਕ ਹੈ ਭਾਈ ਜੇ ਗੁਰ ਕੇ ਪਹਾੜੇ ਵਿੱਚ ਆਵੇ ਜੋ ਗੁਰੂ ਦਾ ਕਿਹਾ ਮੰਨਦਾ ਤੇ ਜੇ ਅਸੀਂ ਗੁਰੂ ਦਾ ਐਨਾ ਕਹਿਆ ਨਹੀਂ ਮੰਨ ਸਕਦੇ ਤਾਂ ਮਤਲਬ ਆਪਣਾ ਭਾਣਾ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਅੱਜ ਸਾਡਾ ਜੀਵਨ ਦੁੱਖਾਂ ਵਿੱਚ ਕਿਉਂ ਘਿਰਿਆ ਹੈ ਇਹੋ ਹੀ ਇਤਿਹਾਸ ਹੈ ਤੁਹਾਡੇ ਵਿੱਚੋਂ ਜਿਹੜੇ ਭਾਗਾਂ ਵਾਲਿਆਂ ਨੇ ਅੰਮ੍ਰਿਤ ਪਾਨ ਕੀਤਾ ਹੈ ਤੁਹਾਨੂੰ ਪਤਾ ਹੈ ਵੀ ਜਦੋਂ ਪੰਜ ਪਿਆਰੇ ਅੰਮ੍ਰਿਤ ਦੀ ਦਾਤ ਦਿੰਦੇ ਉਦੋਂ ਇੱਕ ਗੱਲ ਕਹਿੰਦੇ ਅੱਜ ਤੋਂ ਤੁਹਾਡਾ ਪਿਤਾ ਗੁਰੂ ਗੋਬਿੰਦ ਸਿੰਘ ਹੈ ਮਾਤਾ ਸਾਹਿਬ ਕੌਰ ਅੱਜ ਤੋਂ ਤੁਹਾਡਾ ਜਿਹੜਾ ਐਡਰੈਸ ਤੁਹਾਡਾ ਪਤਾ ਉਹ ਹੈ ਅਨੰਦਪੁਰ ਸਾਹਿਬ ਹੁਣ ਆਪਾਂ ਕਹਾਂਗੇ ਮੈਂ ਤਾਂ ਦਿੱਲੀ ਵਿੱਚ ਰਹਿੰਦਾ ਮੈਂ ਅਨੰਦਪੁਰ ਦਾ ਵਾਸੀ ਕਿਵੇਂ ਹੋ ਗਿਆ ਗੁਰੂ ਕੇ ਸਿੱਖਾ ਗੁਰੂ ਤੈਨੂੰ ਅਨੰਦਪੁਰ ਦਾ ਵਾਸੀ ਬਣਾਉਣਾ ਚਾਹੁੰਦਾ ਹੈ ਉਹ ਅਨੰਦਪੁਰ ਕੀ ਹੈ ਜਿੱਥੇ ਕੋਈ ਦੁੱਖ ਨਹੀਂ ਕੇਵਲ ਆਨੰਦ ਹੀ ਆਨੰਦ ਹੈ ਉਹ ਆਨੰਦ ਕਿਵੇਂ ਬਣੇਗਾ ਜਦੋਂ ਅਸੀਂ ਅੰਮ੍ਰਿਤ ਪਾਨ ਕਰਕੇ ਪੰਜ ਬਾਣੀਆਂ ਨੂੰ ਆਪਣੇ ਹਿਰਦੇ ਵਿੱਚ ਵਸਾਵਾਂਗੇ ਪਹਿਲੀ ਬਾਣੀ ਜਪਜੀ ਸਾਹਿਬ ਜਿਸ ਵਿੱਚ ਗੁਰੂ ਸਾਹਿਬ ਸਮਝਾਉਂਦੇ ਨੇ ਵੀ ਅਸੀਂ ਪਰਮਾਤਮਾ ਤੋਂ ਟੁੱਟੇ ਹੋਏ ਹਾਂ ਉਹਦੇ ਨਾਲ ਮਿਲਾਪ ਕਿਵੇਂ ਹੋਏਗਾ ਇਹ ਸਵਾਲ ਸੀ ਉਹਦਾ ਜਵਾਬ ਵੀ ਦਿੰਦੇ ਨੇ ਕਿਉਂ ਸਚਿਆਰਾ ਹੋਈ ਹੈ ਕਿਉਂ ਕੂੜਾ ਟੁੱਟੇ ਪਾਲ ਫਿਰ ਪਰਮਾਤਮਾ ਦੀ ਜਾਣ ਪਛਾਣ ਕਰਾਈ ਕੀਤਾ ਪਸਾਓ ਜੀ ਕੁਕਵਾਓ ਇਸ ਤੇ ਹੋਏ ਲੱਗ ਦਰਿਆ ਕੁਦਰਤ ਬਾਰੇ ਦੱਸਿਆ ਕਿ ਸਾਰੀ ਕੁਦਰਤ ਪਰਮਾਤਮਾ ਨੇ ਬਣਾਈ ਹੈ ਉਹਦੇ ਬਾਰੇ ਜਾਣ ਪਛਾਣ ਹੋਈ ਸਮਝ ਆ ਗਈ ਵੀ ਕਰਨ ਵਾਲਾ ਕੇਵਲ ਇੱਕ ਹੈ ਹੁਣ ਅੱਗੇ ਜਦੋਂ ਜਾਪ ਸਾਹਿਬ ਪੜਿਆ ਉਹਦੇ ਵਿੱਚ ਪਰਮਾਤਮਾ ਦੀ ਸਿਫਤ ਹੈ ਪਰਮਾਤਮਾ ਦੇ ਨਾਮ ਨੇ ਤਕਰੀਬਨ 735 ਦੇ ਕਰੀਬ ਨਾਮ ਨੇ ਉਸ ਵਾਹਿਗੁਰੂ ਪਰਮਾਤਮਾ ਦੇ ਜਾਪ ਸਾਹਿਬ ਵਿੱਚ ਜਿਹੜੇ ਵਿਦਵਾਨਾਂ ਨੇ ਕਾਉਂਟਿੰਗ ਕੀਤੀ ਗਿਣਤੀ ਕੀਤੀ ਇਸ ਤਰ੍ਹਾਂ ਕੁਝ ਗਿਣਤੀ ਤੇ 735 ਨਾਵਾਂ ਦੇ ਨਾਲ ਪਰਮਾਤਮਾ ਨੂੰ ਯਾਦ ਕੀਤਾ ਗਿਆ ਪਰਮਾਤਮਾ ਦੀ ਸਿਫਤ ਹੈ ਹੁਣ ਜਦੋਂ ਮਨੁੱਖ ਪਰਮਾਤਮਾ ਦੀ ਸਿਫਤ ਵਿੱਚ ਜੁੜਿਆ ਤੇ ਖਤਰਾ ਸੀ ਵੀ ਕਿਤੇ ਫਿਸਲ ਨਾ ਜਾਵਾਂ ਤੇ ਅਰਦਾਸ ਕੀਤੀ ਹਮਰੀ ਕਰੋ ਹਾਕਮ ਸ਼ਾਹ ਉਸ ਤੋਂ ਪਹਿਲਾਂ ਫਿਰ ਬੇਨਤੀ ਸੀ ਜਦੋਂ ਪਰਮਾਤਮਾ ਦੀ ਸਿਫਤ ਵਿੱਚ ਜੁੜਿਆ ਤੇ ਸਮਝ ਆ ਗਈ ਕਿ ਸਭ ਕੁਝ ਨਾਸ਼ਵੰਤ ਹੈ ਇਹਤੇ ਭਏ ਦੁਖਾਂ ਭਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਫਿਰ ਜਦੋਂ ਸਮਝ ਆਈ ਵੀ ਸਭ ਕੁਝ ਨਾਸ਼ਵੰਤ ਹੈ ਕਿਤੇ ਮੈਂ ਇਹਦੇ ਵਿੱਚ ਫਸ ਨਾ ਜਾਵਾਂ ਤੇ ਹਮਰੀ ਕਰੋ ਹਾਕਮ ਸ਼ਾਹ ਜਦੋਂ ਐਸੀ ਅਰਦਾਸ ਕੀਤੀ ਤੇ ਅੱਗੇ ਆਨੰਦ ਸਾਹਿਬ ਜੀ ਦੀ ਬਾਣੀ ਪੜ੍ਹੀ ਤੇ ਜ਼ਿੰਦਗੀ ਵਿੱਚ ਆਨੰਦ ਆ ਗਿਆ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਜਦੋਂ ਗੁਰੂ ਨੂੰ ਪਾ ਲਿਆ ਹਲੀ ਤੇ ਗੁਰੂ ਨੂੰ ਵੇਖ ਰਹੇ ਹਾਂ ਪਾਇਆ ਨਹੀਂ ਹਲੀ ਕੇਵਲ ਮੱਥੇ ਟੇਕਣ ਤੱਕ ਸੀਮਤ ਹਲੀ ਪਾਇਆ ਨਹੀਂ ਇੰਝ ਕਹਿ ਲਈਏ ਵੀ ਜਿਵੇਂ ਸਾਹਮਣੇ ਕੋਈ ਚੀਜ਼ ਪਈ ਹੋਵੇ ਮੈਂ ਦੇਖ ਧਿਰਿਆ ਹਾਂ ਪਾਇਆ ਕਦੋਂ ਜਦੋਂ ਉਹਨੂੰ ਆਪਣੇ ਕੋਲ ਪ੍ਰਾਪਤ ਕਰ ਲਿਆ ਹਾਸਲ ਕਰ ਲਿਆ ਜਦੋਂ ਉਸ ਚੀਜ਼ ਨੂੰ ਮੈਂ ਖਰੀਦ ਲਿਆ ਤੇ ਫਿਰ ਮੇਰੀ ਹੋ ਗਈ ਕੇਵਲ ਦੇਖਣ ਦੇ ਨਾਲ ਕੋਈ ਪਈ ਹੋਈ ਦੁਕਾਨ ਤੇ ਵਸਤੂ ਮੇਰੀ ਨਹੀਂ ਹੋ ਸਕਦੀ ਜਿੰਨਾ ਚਿਰ ਮੈਂ ਉਸਨੂੰ ਖਰੀਦ ਨਹੀਂ ਲੈਂਦਾ ਇਸੇ ਤਰ੍ਹਾਂ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਵੇਖਣ ਦੇ ਨਾਲ ਗੁਰੂ ਮੇਰਾ ਨਹੀਂ ਹੋ ਜਾਂਦਾ ਜੇ ਇਕੱਲੇ ਵੇਖਣ ਦੀ ਗੱਲ ਦੇ ਸਾਹਿਬ ਜੀ ਕਹਿੰਦੇ ਸਤਿਗੁਰ ਨੋ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਡਿੱਠੈ ਮੁਕਤ ਨਾ ਹੋਵਈ ਜਿੰਜਰ ਸ਼ਬਦ ਨਾ ਕਰੇ ਵਿਚਾਰ ਕੱਲਾ ਵੇਖਣ ਨਾਲ ਨਹੀਂ ਇੱਥੇ ਗੁਰੂ ਕਦੋਂ ਆਪਣਾ ਹੋਏਗਾ ਮਨ ਦੇ ਰਾਮ ਲਿਆ ਹੈ ਬੋਲ ਆਪਣਾ ਆਪਾਂ ਗੁਰੂ ਅੱਗੇ ਸਮਰਪਿਤ ਕਰਦੇ ਤੋ ਉਦੋਂ ਫਿਰ ਜ਼ਿੰਦਗੀ ਵਿੱਚ ਆਨੰਦ ਆਏਗਾ ਉਦੋਂ ਫਿਰ ਜ਼ਿੰਦਗੀ ਬੇਗਮ ਪੂਰਾ ਸ਼ਹਿਰ ਕੋ ਨਾਉ ਦੁੱਖ ਅੰਦੋ ਨਹੀਂ ਤੈ ਪਾਉ ਫਿਰ ਉੱਥੇ ਦੁੱਖ ਨਹੀਂ ਦੁੱਖ ਨਾਹੀ ਸਭ ਸੁੱਖ ਹੀ ਹੈ ਰੇ ਪਰ ਇਹ ਅਵਸਥਾ ਤਾਂ ਬਣੇਗੀ ਜਦੋਂ ਅਸੀਂ ਅੰਮ੍ਰਿਤ ਧਾਰੀ ਬਣਾਂਗੇ ਪੰਜ ਬਾਣੀਆਂ ਅੰਮ੍ਰਿਤ ਵੇਲੇ ਸੰਧਿਆ ਵੇਲੇ ਦੀਆਂ ਬਾਣੀਆਂ ਰਾਤ ਦੀ ਸੋਹਿਲਾ ਸਾਹਿਬ ਜਦੋਂ ਇਹ ਬਾਣੀ ਸਾਡੇ ਜੀਵਨ ਦਾ ਸ਼ਿੰਗਾਰ ਬਣ ਜਾਏਗੀ
ਫਿਰ ਬਾਣੀ ਨੂੰ ਅਸੀਂ ਆਪਣੇ ਜੀਵਨ ਅੰਦਰ ਕਮਾਉਣ ਦਾ ਯਤਨ ਕਰਾਂਗੇ, ਫਿਰ ਅਸੀਂ ਸੱਚਮੁੱਚ ਆਨੰਦਪੁਰ ਦੇ ਵਾਸੀ ਬਣਾਂਗੇ ਜਦੋਂ ਸਾਡਾ ਜੀਵਨ ਆਨੰਦ ਦੀ ਅਵਸਥਾ ਤੱਕ ਪਹੁੰਚ ਜਾਏਗਾ, ਜਿਸ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਨਾਨਕ ਭਗਤਾਂ ਸਦਾ ਵਿਗਾਸ, ਉਹ ਹੈ ਆਨੰਦ ਦੀ ਅਵਸਥਾ। ਫਿਰ ਅਸੀਂ ਸੱਚਮੁੱਚ ਆਨੰਦਪੁਰ ਦੇ ਵਾਸੀ ਬਣ ਜਾਵਾਂਗੇ। ਸਾਹਿਬ ਜੀ ਕਿਰਪਾ ਕਰਨ, ਦਸ ਪਾਸੋਂ ਇਤਿਹਾਸ ਦੀ ਬਾਣੀ ਦੀ ਵਿਚਾਰ ਕਰਦੇ ਹਾਂ, ਬੇਅੰਤ ਭੁੱਲਾਂ ਗਲਤੀਆਂ ਹੋਈਆਂ ਹੋਣਗੀਆਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰਾਨਾ, ਜਿਨ੍ਹਾਂ ਦੀ ਰਹਿਮਤ ਸਦਕਾ ਆਪ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਪ੍ਰਬੰਧਕ ਅਮੀਰਾਂ ਨੇ ਉਪਰਾਲਾ ਕੀਤਾ ਹੈ ਅਤੇ ਦਸਰਿਆਂ ਨੂੰ ਆਪ ਸੰਗਤਾਂ ਦੇ ਦਰਸ਼ਨ ਕਰਨ ਦਾ ਸਮਾਂ ਮਿਲਿਆ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਅਤੇ ਨਾਲ ਹੀ ਸਮੂਹ ਪ੍ਰਬੰਧਕ ਕਮੇਟੀ ਅਤੇ ਆਪ ਸਮੂਹ ਸੰਗਤਾਂ ਦਾ ਧੰਨਵਾਦ ਜੋ ਦਾਸ ਨੂੰ ਇੰਨਾ ਮਾਣ ਬਖਸ਼ਿਸ਼ ਕਰਦੇ ਹਨ। ਸ਼ੁਰੂ ਤੋਂ ਲੈ ਕੇ ਆਪ ਸੰਗਤਾਂ ਨੇ ਬੜਾ ਪਿਆਰ ਦਿੱਤਾ ਹੈ। ਆਪ ਸੰਗਤਾਂ ਦੇ ਪਿਆਰ ਅਸੀਸ ਸਦਕਾ ਹੀ ਦਾਸ ਜੋ ਕੁਝ ਵੀ ਅੱਜ ਜਿੱਥੇ ਵੀ ਹੈ ਆਪ ਸੰਗਤਾਂ ਦਾ ਸਾਰਾ ਆਸ਼ੀਰਵਾਦ ਹੈ। ਸੋ ਆਪ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ। ਹੁਣ ਸਤਿਕਾਰਯੋਗ ਢਾਡੀ ਜਥਾ ਭਾਈ ਮਰਿੰਦਰ ਸਿੰਘ ਜੀ ਤਾਲ ਪਹੁੰਚ ਚੁੱਕੇ ਹਨ, ਜੋ ਆਪ ਜੀ ਨੂੰ ਬੜੇ ਹੀ ਪਿਆਰ ਵਿੱਚ ਅਤੇ ਬੜੇ ਹੀ ਜੋਸ਼ੀਲੇ ਢੰਗ ਦੇ ਨਾਲ ਢਾਡੀ ਵਾਰਾਂ ਦਾ ਹੀ ਇਤਿਹਾਸ ਇੰਤਿਆਮ ਕਰਨਗੇ। ਭੁੱਲਾਂ ਗਲਤੀਆਂ ਦੇ ਜਮਾਂ ਫਤਿਹ ਦੀ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।